हीटर लाने की घर च लोड़ नहीं, इन्ने गर्म सूट आ सिर्फ 500 रुपए का। 2.5 मीटर की पूरी शर्ट आ, 3 मीटर की नाल बॉटम आ, ते नाल स्टॉल आ, ओनली 500 रुपए का। जे मार्केट के वैरायटी आई भी होगी उत्थे मिलना 800-900 हज़ार, इत्थे सिर्फ 500, इको नोट 500 रुपए का। आएगी शर्ट इहदी, आएगी इहदी बॉटम 3 मीटर की, आ हैगा नाल शॉल गर्म बूलन का, ये भी आपको मिल जाना सिर्फ इको रेट 500 रुपए का। इन्हें चो जिहड़ा मर्जी डिजाइन ले लो, जिहड़ा मर्जी, सिर्फ 500 रुपए का। पिछले साल तो मैं लैके गई इतों 1.5 लाख का कपड़ा, बहुत वधिया। हाँ जी, फिर मैं अमेरिका चले गए सी, हुण भी उत्थों ही आई हाँ, इत्थे आए सीधे। पूरी संतुष्टी है, बिल्कुल पूरे खुश हाँ सी। ਇਹਨਾਂ ਦਾ ਕੰਮ ਵੀ, ਕੱਪੜਾ ਵੀ, ਸਾਰਾ ਕੁਝ ਬਹੁਤ ਵਧੀਆ ਆ, ਪੂਰੇ ਸੈਟੀਸਫਾਈਡ ਆ। ਸਾਰਾ ਪਿੰਡ ਸਾਡਾ ਤਾਂ ਇਹਨਾਂ ਨੂੰ ਹੀ ਯਾਦ ਕਰਦੇ, ਪੂਰਾ ਪਿੰਡ, ਤੁਸੀਂ ਨਹੀਂ ਪੂਰਾ ਪਿੰਡ, ਪੂਰਾ ਪਿੰਡ ਯਾਦ ਕਰਦੇ ਆ। ਹਾਂਜੀ, ਸਾਰੇ ਅਸੀਂ ਜੁੜੇ, ਜਦੋਂ ਭਾਅ ਜੀ ਮਿਲਦੇ ਪਰ ਸਾਡੀ ਰਿਸਪੈਕਟ ਬਹੁਤ ਕਰਦੇ ਆ ਅਤੇ ਬਹੁਤ ਜ਼ਿਆਦਾ ਪਿਆਰ ਨਾਲ ਬੋਲਦੇ ਆ, ਬਹੁਤ ਜ਼ਿਆਦਾ। ਹੁਣ ਵੀ ਮੈਂ ਲੈਣੇ ਸੀਗੇ ਕੰਬਲ, ਸਾਨੂੰ ਚਾਹੀਦੇ, ਮੈਂ ਕਿਹਾ ਭਾਅ ਜੀ ਦੇ ਲੈ ਕੇ ਜਾਣੇ ਆ। ਆਹ ਸੂਟ ਆ ਆਲ ਓਵਰ 5 ਮੀਟਰ ਦਾ, ਸਮੋਸਾ ਲੈਸ ਵੀ ਲੱਗੀ ਹੋਈ ਆ ਘੇਰੇ 'ਤੇ ਵੀ, ਗਲੇ 'ਤੇ ਨਾਲ 3 ਬਟਨ, ਅਤੇ ਨਾਲ ਸਰੋਸਕੀ ਦਾ ਵਰਕ ਕੀਤਾ ਆ ਦੁਪੱਟਾ, ਬਹੁਤ ਹੀ ਸੋਹਣਾ ਚਨੋਨ ਦਾ, ਸਿਰਫ 500 ਰੁਪਏ ਦੇ 2 ਸੂਟ। 5000 ਦਾ ਸੂਟ ਅਸੀਂ ਤੁਹਾਨੂੰ ਕਿੰਨੇ ਦੇਣਾ? ਸਿਰਫ 2000 ਰੁਪਏ ਦਾ। ਜੇ ਕੋਈ ਮੋਟਾ ਬੰਦਾ ਵੀ ਆਉਂਦਾ ਉਹਦਾ ਵੀ ਬੜਾ ਈਜ਼ੀਲੀ ਬਣ ਜਾਣਾ, 32 ਇੰਚ ਘੇਰਾ ਆ। ਦੇਖੀ ਸੀ ਫੇਸਬੁੱਕ 'ਤੇ, ਕਾਫੀ ਕਮੈਂਟਸ ਪੜ੍ਹੇ ਸੀਗੇ, ਵੀਡੀਓਸ ਦੇਖੀ ਸੀ, ਵਧੀਆ ਲੱਗੀ ਸੀ ਉਹਨਾਂ ਦੀ, ਸਕੈਚ ਲੈ ਕੇ ਵਿਜ਼ਿਟ ਕਰ ਲੈਂਦੇ ਹਾਂ। ਵਰਾਇਟੀ ਵਾਈਜ਼ ਅਤੇ ਕੁਆਲਿਟੀ ਵਾਈਜ਼ ਵੀ ਅੱਛਾ ਹੈ, ਪ੍ਰਾਈਜ਼ ਵਾਈਜ਼ ਵੀ ਬਹੁਤ ਅੱਛਾ ਹੈ, ਕਿਉਂਕਿ ਅਸੀਂ ਦੇਖੇ ਵੀਡੀਓਜ਼ ਦੇਖ ਕੇ ਆਏ ਹਾਂ, ਪ੍ਰਾਈਸ ਦੇ ਅਕੋਰਡਿੰਗ ਵੀ ਬਹੁਤ ਅੱਛਾ ਆ। ਹਾਂਜੀ, ਇਹ ਰੇਟ ਹੈਗਾ ਸਿਰਫ 2200। ਜੇ ਤੁਸੀਂ ਲਹਿੰਗਾ ਰੈਂਟ 'ਤੇ ਲੈਣ ਚਲ ਜੂਗੇ 5000 ਤੋਂ ਘੱਟ ਤੁਹਾਨੂੰ ਰੈਂਟ ਨਹੀਂ ਮਿਲਣਾ। ਸਾਰਾ ਲਹਿੰਗਾ ਚੰਮ ਚੰਮ ਕਰਦਾ, ਡੋਲੀ ਵਾਲਾ ਲਹਿੰਗਾ ਓਨਲੀ 5400 ਰੁਪਏ, ਤੁਹਾਡਾ ਮੁੱਲ ਲਹਿੰਗਾ ਮਿਲ ਜਾਣਾ ਤੁਹਾਨੂੰ ਮੁੱਲ। ਪਹਿਲਾਂ ਵੀ ਕਦੇ ਆਏ ਹੋ? ਪਹਿਲਾਂ ਬਹੁਤ ਵਾਰੀ, ਪਹਿਲਾਂ ਵੱਡੇ ਦੀ ਮੈਰਿਜ ਕੀਤੀ ਸੀ, ਇੱਥੋਂ ਲਗਾਈ ਸੀ। ਲੱਗਦਾ ਹੈ ਕਿ ਹੁਣ ਕੰਟੀਨਿਊਸਲੀ ਆਉਣ ਵਾਲੇ ਸਮੇਂ ਦੇ ਵਿੱਚ ਨੌਲ ਇੱਥੋਂ ਹੀ ਖਰੀਦੋਗੇ? ਹਾਂਜੀ ਹਾਂਜੀ, ਇੱਥੋਂ ਹੀ ਖਰੀਦਾਂਗੇ। ਰੇਟ ਬਾਰੇ ਕੀ ਕਹਿਣਾ ਇਹਨਾਂ ਦੇ? ਰੇਟ ਬਾਰੇ ਬਸ ਰੇਟ ਠੀਕ ਹੀ ਹੁੰਦਾ ਇਹਨਾਂ ਦਾ। ਮੈਨੂੰ ਲੱਗਦਾ ਕਿ ਪੂਰੀ ਫੈਮਿਲੀ ਜਿਹੜੇ ਕਿ ਸ਼ਾਪਿੰਗ ਕਰਨ ਆਈ ਹੈ। ਹਾਂਜੀ, ਬਰੀ ਬਣਾਉਣ ਆਏ ਹਾਂ, ਸਾਨੂੰ ਵਧੀਆ ਲੱਗਾ, ਅਸੀਂ ਅੱਗੇ ਵੀ ਆਏ ਸੀਗੇ, ਸਾਨੂੰ ਵਧੀਆ ਲੱਗਾ ਆ, ਜਿਹਦਾ ਵਰਾਇਟੀ ਵੀ ਵਧੀਆ ਲੱਗੀ ਹੈ ਸਾਨੂੰ। ਇਹ MRP ਇਹਦਾ 800-900 ਹਜ਼ਾਰ ਆ, ਅਸੀਂ ਸਿਰਫ ਤੁਹਾਨੂੰ ਸਿਰਫ 500 ਰੁਪਏ ਦੀ ਮੁੱਲ ਦੇ ਦੇਣੀ ਆ, ਸਿਰਫ 250 ਰੁਪਏ ਦਾ ਕੰਬਲ ਬੈਗ ਵਿੱਚ ਪਾ ਕੇ ਤੁਹਾਡੀ ਗੱਡੀ 'ਚ ਰੱਖ ਕੇ ਵੀ ਆਵਾਂਗੇ ਆਪਾਂ ਬਾਹਰ ਜਾ ਕੇ। ਤੁਹਾਨੂੰ ਕਮਰੇ 'ਚ ਹੀਟਰ ਲਾਉਣ ਦੀ ਲੋੜ ਨਹੀਂ, ਇਹ ਸਿਰਫ ਆਪਾਂ ਨੂੰ ਮਿਲ ਜਾਣੀ 1300 ਰੁਪਏ ਦੇ ਵਿੱਚ। ਜੀ, ਪਹਿਲਾਂ ਮੇਰੀ ਮੈਰਿਜ ਹੋਈ ਸੀਗੀ, ਅਸੀਂ ਉਦੋਂ ਇੱਥੋਂ ਲੈ ਗਏ ਸੀਗੇ, ਅਤੇ ਫਿਲਹਾਲ ਹੁਣ ਮੇਰੀ ਛੋਟੇ ਬ੍ਰਦਰ ਦੀ ਮੈਰਿਜ ਹੈ, ਹੁਣ ਵੀ ਅਸੀਂ ਇੱਥੋਂ ਖਰੀਦਦਾਰੀ ਕਰਾਂਗੇ। ਬਹੁਤ ਵਧੀਆ ਸੂਟ ਲੱਗਦੇ ਸਾਨੂੰ, ਕੱਪੜਾ ਬਹੁਤ ਵਧੀਆ ਆ, ਅਤੇ ਮਤਲਬ ਕਿ ਰੇਟ ਵਧੀਆ ਇਹਨਾਂ ਦਾ, ਬਾਕੀ ਅਸੀਂ ਆਪਣੇ ਵਾਸਤੇ ਵੀ ਖਰੀਦਦਾਰੀ ਕਰਾਂਗੇ। ਔਨਲਾਈਨ ਦੇਖਿਆ, ਇੱਥੇ ਫੇਸਬੁੱਕ 'ਤੇ ਦੇਖਿਆ ਸੀ, ਉਹਨਾਂ ਦੀ ਵੀਡੀਓਸ ਵਧੀਆ ਲੱਗਾ, ਫਿਰ ਉਹ ਦੇਖਣਾ ਆਇਆ ਸੀ। ਬਹੁਤ ਸੋਹਣੀ ਤੁਸੀਂ ਡਰੈਸ ਵੀ ਕੱਢੀ ਹੱਥ ਦੇ ਵਿੱਚ, ਫੜੀਏ, ਤੁਹਾਨੂੰ ਪਸੰਦ ਆਈ ਹੈ? ਹਾਂਜੀ ਹਾਂਜੀ, ਉਹੀ ਦੇਖ ਰਹੀ ਸੀ। ਪ੍ਰਾਈਜ਼ ਕਿਹੋ ਜਿਹਾ ਲੱਗਾ ਡਰੈਸ ਦਾ? ਫੇਰ ਆ, ਸਹੀ ਆ। ਆਏ ਦਾ ਦੁਪੱਟਾ ਆ ਪੂਰਾ ਹੈਵੀ, ਸਾਰਾ ਹੀ ਹੈਂਡ ਵਰਕ। ਆਏ ਦਾ ਹੈਗਾ ਸੂਟ, ਇਹ ਸੂਟ ਦਾ ਪੂਰਾ ਫਰੰਟ ਵੀ ਬਣਿਆ, ਗਲਾ ਵੀ ਬਣਿਆ, ਬਾਜੂ ਵੀ ਬਣੇ ਹੋਏ ਆ, ਅਤੇ ਸਲਵਾਰ 'ਤੇ ਵਰਕ ਵੀ ਆ। ਮੇਰੇ ਕੋਲ ਬਹੁਤ ਜ਼ਿਆਦਾ ਕੁਆਂਟਿਟੀ ਨਾਲ ਵਿਕਦਾ ਪਿਆ, ਸਪੈਸ਼ਲ ਫਰਕਾਬਾਦੀ ਸੂਟ। ਜਿੱਦਾਂ ਬਾਜ਼ਾਰ 'ਚ ਜਾਓ, ਬਾਜ਼ਾਰ 'ਚ ਸਾਰਾ ਪਹਿਲਾਂ ਹੀ ਅਗਲੇ 200-400 ਪਹਿਲੇ ਵੱਧ ਕੇ ਦੱਸਦੇ ਆ, ਇੱਥੇ ਆਓ ਆ, ਫਿਕਸ ਸੂਟ ਚੱਕੋ, ਪੈਸੇ ਦਿਓ ਤਾਂ ਘਰ ਨੂੰ ਜਾਓ, ਬਸ ਫਿਕਸ ਰੇਟ। ਕੱਪੜਾ ਵੀ ਵਧੀਆ ਆ, ਬੜੀਆ ਹੈ, ਵੈਰਾਇਟੀ ਤਾਂ ਅੱਛੀ ਹੈ। ਹਾਂਜੀ, ਰੇਟ ਵਗੈਰਾ ਅੱਜ ਹੋਇਆ ਕਿ ਨਹੀਂ? ਹਾਂਜੀ ਹਾਂਜੀ, ਕਿਹੋ ਜਿਹਾ ਰੇਟ ਆ? ਰੇਟ ਵੀ ਸਹੀ ਹੈ। ਹਾਂਜੀ, ਐਕਸਪੈਂਸਿਵ ਲਾ ਕੇ ਤੁਹਾਨੂੰ ਦੱਸਿਆ? ਨਹੀਂ ਨਹੀਂ ਨਹੀਂ, ਇੱਦਾਂ ਤਾਂ ਨਹੀਂ ਹੈ ਜੀ, ਸੈਟੀਸਫਾਈਡ ਹੋ ਇਹਨਾਂ ਦੀ ਵੈਰਾਇਟੀ 'ਤੇ। ਹਾਂਜੀ, ਵੈਡਿੰਗ ਦਾ ਸੀਜ਼ਨ ਆ, ਜੇ ਤੁਸੀਂ ਕਿਤੇ ਦੂਰੋਂ ਵੀ ਆਉਣਾ ਹੋਵੇ, ਵਿਆਹ ਸ਼ਾਦੀ ਸ਼ੋਪਿੰਗ ਕਰਨੀ ਹੋਵੇ, ਤੁਹਾਨੂੰ ਹੋਲਸੇਲ ਰੇਟ 'ਤੇ ਇੱਥੇ ਸਾਰੀ ਚੀਜ਼ ਪ੍ਰੋਵਾਈਡ ਕਰਾਂਗੇ ਹੋਲਸੇਲ ਰੇਟ ਦੇ ਉੱਪਰ। ਨਮਸਕਾਰ, ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਸੁਨੈਣਾ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਵੈਡਿੰਗ ਸੀਜ਼ਨ ਚੱਲ ਰਿਹਾ ਹੈ, ਅਤੇ ਵੈਡਿੰਗ ਸੀਜ਼ਨ 'ਤੇ ਖਾਸ ਜਿਹੜਾ ਪ੍ਰੋਸੈਸ ਹੁੰਦਾ ਹੈ ਉਹ ਹੁੰਦਾ ਹੈ ਸ਼ੋਪਿੰਗ ਦਾ। ਸ਼ੋਪਿੰਗ ਨੂੰ ਲੈ ਕੇ ਲੋਕ ਜਿਹੜੇ ਬਹੁਤ ਹੀ ਕਰਿਓਸਟੀ ਦਿਖਾਉਂਦੇ ਆ, ਉਹਨਾਂ ਨੂੰ ਹੁੰਦਾ ਕਿ ਸਾਡੇ ਲਗਜ਼ਰੀ ਕੱਪੜੇ ਹੋਣੇ ਚਾਹੀਦੇ ਅਤੇ ਰੇਟ ਜਿਹੜਾ ਬਹੁਤ ਹੀ ਚੀਪ ਹੋਣਾ ਚਾਹੀਦਾ। ਸੋ ਆਸ਼ੂ ਦੀ ਹੱਟੀ ਪਹੁੰਚੇ ਸੀ, ਅਤੇ ਉਹ ਪਹਿਲਾਂ ਵੀ ਬਹੁਤ ਸਾਰੇ ਧਮਾਕੇ ਕਰਦੇ ਰਹਿੰਦੇ ਆ ਅਤੇ ਲੋਕਾਂ ਦੇ ਬਹੁਤ ਸਾਰੇ ਫਾਇਦੇ ਕਰਦੇ ਰਹਿੰਦੇ ਆ, ਅਤੇ ਅੱਜ ਦੇਖਾਂਗੇ ਕਿ ਆਸ਼ੂ ਦੀ ਹੱਟੀ ਨੇ ਵੈਡਿੰਗ ਸੀਜ਼ਨ ਦੇ ਵਿੱਚ ਕਿਹੜਾ ਜਿਹੜਾ ਖਾਸ ਧਮਾਕਾ
ਕੀਤਾ ਆ ਤੇ ਲਹਿੰਗਿਆਂ ਦੇ ਵਿੱਚ ਸ਼ਰਾਰੇ ਗਰਾਰੇ ਤੇ ਫੁਲਕਾਰੀ ਤੇ ਹੋਰ ਵੀ ਵੈਰਾਈਟੀ ਕਿਹੜੇ ਨਵੀਂ ਲਿਆਦੀ ਆ ਆਓ ਚੱਲਦੇ ਆ ਤੇ ਗ੍ਰਾਹਕਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਜਿਹੜਾ ਇੱਥੋਂ ਕੀ ਸ਼ਾਪਿੰਗ ਕਰਕੇ ਜਾ ਰਹੇ ਆ ਆਓ ਚੱਲਦੇ ਆ ਅੰਦਰਲਾ ਮਾਹੌਲ ਦੇਖਦੇ ਆ अंदर जोड़ा कि ग्राहकों का तांता लग्या होया हर एक जोड़ा कि स्टाफ मैंबर आ जोड़ा कि ग्राहकों को हैंडल करने के लग्या होया तो इतों तक जोड़ा कि दुकान के मालिक आशु भाज भी खुद जो पैक कर करके समान रख रहे इन्ने बिजी है जोड़ा कि ग्राहकों तां जो समान जोड़ा कि ईजली प्रोवाइड कर सकन आप उन्होंने गलबात करते हैं कि जोड़ी वरायटी है क्योंकि ठंड का मौसम है तो ठंड के मौसम के सूट लिया है। हैलो सर। हाँ जी सत श्री अकाल जी, गुड मॉर्निंग जी, कि ठीक हो? बहुत वधिया, तुसीं सुनाओ। ਜਿਵੇਂ ਕਿ ਹੁਣ ਠੰਡ ਦਾ ਮੌਸਮ ਆ ਗਿਆ ਤੇ ਕਿਹੋ ਕਿ ਜਿਹੜੀ ਜਿਹੜੀ ਵੈਰਾਈਟੀ ਆ ਤੁਹਾਡੇ ਕੋਲ ਹੈ? ਹੁਣ ਇਸ ਟਾਈਮ ਠੰਡ ਦਾ ਮੌਸਮ ਆ ਤੇ ਬੂਲਨ ਦੀ ਗਰਮ ਸੂਟ ਆ ਚੁੱਕੀ ਆ ਵਿਦ ਨਾਲ ਸ਼ਾਲ ਜੀ। ਤੇ ਆਪਾਂ ਜੇ ਇਹਦੇ ਪ੍ਰਾਈਸ ਦੀ ਗੱਲ ਕਰੀਏ, ਪ੍ਰਾਈਸ ਕਿੰਨਾ ਹੋਵੇਗਾ? ਮੈਨੂੰ ਲੱਗਦਾ ਇਹਦਾ ਘੱਟੋ ਘੱਟ 1500 ਤਾਂ ਹੋਏਗਾ। ਨਹੀਂ ਜੀ, ਨਹੀਂ ਨਹੀਂ, ਜਿੱਦਾਂ ਆ ਹੈਗੀ ਸ਼ਰਟ, ਚਾਹੇ ਤੁਸੀਂ ਲੇਡੀਜ਼ ਕੁੜਤਾ ਬਣਾ ਲਓ, ਲੌਂਗ ਸ਼ਾਰਟ ਜਿੱਦਾਂ ਮਰਜ਼ੀ ਬਣਾਓ, 2.5 ਮੀਟਰ ਦੀ ਪੂਰੀ ਸ਼ਰਟ ਆ, 3 ਮੀਟਰ ਦੀ ਨਾਲ ਬੋਟਮ ਆ ਤੇ ਨਾਲ ਸਟਾਲ ਆ। ਓਨਲੀ 500 ਰੁਪਏ ਦਾ। ਸਿਰਫ 500 ਦਾ ਸਰ? ਹਾਂ ਜੀ, ਇੱਕੋ ਕਸਟਮਰ ਲੈ ਵੀ ਚੁੱਕਾ ਸਾਰੇ ਉਹਦੇ ਪੈਕ ਹੋ ਰਹੇ ਆ 500 ਰੁਪਏ ਦੇ ਵਿੱਚ, ਬੂਲਨ ਦਾ ਸ਼ਾਲ ਤੇ ਬੂਲਨ ਦੀ ਸਲਵਾਰ ਤੇ ਬੂਲਨ ਦੀ ਸ਼ਰਟ 2.5 ਮੀਟਰ ਦੀ। ਸੋ ਤੁਸੀਂ ਇਹ ਵੈਰਾਈਟੀ ਦੇਖੀ, ਮੈਨੂੰ ਲੱਗਦਾ ਕਿਸੇ ਹੋਰ ਦੁਕਾਨ ਤੇ ਹਜੇ ਆਈ ਹੋਵੇਗੀ, ਪਹਿਲਾਂ ਹੀ ਜਿਹੜੇ ਆਸ਼ੂ ਦੀ ਹੱਟੀ ਪਹੁੰਚ ਚੁੱਕੀ ਹੈ। ਸੋ ਆਪਾਂ ਚਾਹੁੰਦੇ ਕਿ ਸਰਦੀ ਦੇ ਮੌਸਮ ਦੇ ਵਿੱਚ ਬਚਣ ਦੇ ਲਈ ਜਿਹੜਾ ਕਿ ਘੱਟ ਠੰਡ ਮਹਿਸੂਸ ਕਰਨ ਦੇ ਲਈ ਘੱਟ ਪੈਸਿਆਂ ਦੇ ਵਿੱਚ ਜਿਹੜਾ ਇੱਥੋਂ ਆ ਕੇ ਸ਼ਾਪਿੰਗ ਕਰੋ। ਹੋਰ ਸਰ ਕਿਹੜਾ ਕਿਹੜਾ ਜਿਹੜਾ ਕੀ ਆ ਇਹਦੇ ਨਾਲ ਦੀ ਵੈਰਾਈਟੀ ਆ? जे मार्केट ਦੇ ਵਿੱਚ ਵੈਰਾਈਟੀ ਆਈ ਵੀ ਹੋਊਗੀ ਉੱਥੇ ਮਿਲਣਾ 800 900 ਹਜ਼ਾਰ, ਇੱਥੇ ਸਿਰਫ 500, ਇੱਕੋ ਨੋਟ 500 ਰੁਪਏ ਦਾ। ਸ਼ਾਲ ਵੀ ਨਾਲ ਆ, ਸਲਵਾਰ ਵੀ ਨਾਲ ਆ, ਕਈਆਂ ਨਾਲ ਪ੍ਰਿੰਟ ਸਲਵਾਰਾਂ, ਕਈਆਂ ਨਾਲ ਪਲੇਨ ਸ਼ਾਲ ਆ। ਆ ਦੇਖੋ ਇਦਾਂ ਦਿਖ ਸਕਦੇ ਆ ਸਰ, ਮਤਲਬ ਗਰਲਸ ਵੀ ਜਿਹੜੇ ਈਜ਼ਲੀ ਉਹਨਾਂ ਦੇ ਬੈਟਰ ਹੈ। ਨਾਲ ਕੋਟੀ ਸਵੈਟਰ ਪਾਉਣ ਦੀ ਲੋੜ ਨਹੀਂ। ਆ ਹੈਗੀ ਸ਼ਰਟ ਇਹਦੀ, ਆ ਹੈਗੀ ਇਹਦੀ ਬੋਟਮ 3 ਮੀਟਰ ਦੀ, ਆ ਹੈਗਾ ਨਾਲ ਸ਼ਾਲ ਗਰਮ ਬੂਲਨ ਦਾ, ਇਹ ਵੀ ਆਪਾਂ ਨੂੰ ਮਿਲ ਜਾਣਾ ਸਿਰਫ ਇੱਕੋ ਰੇਟ 500 ਰੁਪਏ ਦਾ। ਇਹਨਾਂ 'ਚ ਜਿਹੜਾ ਮਰਜ਼ੀ ਡਿਜ਼ਾਇਨ ਲੈ ਲਓ, ਜਿਹੜਾ ਮਰਜ਼ੀ, ਸਿਰਫ 500 ਰੁਪਏ ਦਾ। ਇੱਕ ਇਹ ਆਈਟਮ ਮੇਰੇ ਕੋਲ ਬਹੁਤ ਵਿਕ ਰਹੀ ਆ, ਇੱਕ ਕਸਟਮਰ ਦੇ ਉਹ ਪੈਕ ਕੀਤੇ ਪਏ ਬੰਡਲ ਦਈ ਜਰਾ, ਇੱਕ ਆ ਲਓ ਜੀ, ਉਹ ਮਿਲਣੇ ਆ 500 ਰੁਪਏ ਦਾ, ਆਹ ਮਿਲਣੇ 500 ਰੁਪਏ ਦੋ ਸੂਟ, 500 ਰੁਪਏ ਦੇ ਦੋ ਸੂਟ ਰੇਵ ਮਸ਼ੀਨ ਦੇ ਦੇਣ ਲੈਣ ਵਾਸਤੇ। ਤੁਸੀਂ ਆਪਣਾ ਸਟਿਚ ਕਰਾ ਲਓ, ਕਿਸੇ ਰਿਸ਼ਤੇਦਾਰ ਨੂੰ ਦੇ ਦਿਓ। ਆਹ ਸੂਟ ਆ ਆਲ ਓਵਰ 5 ਮੀਟਰ ਦਾ, ਸਮੋਸਾ ਲੈਸ ਵੀ ਲੱਗੀ ਹੋਈ ਆ ਘੇਰੇ 'ਤੇ ਵੀ, ਗਲੇ 'ਤੇ ਨਾਲ 3 ਬਟਨ, ਅਤੇ ਨਾਲ ਸਰੋਸਕੀ ਦਾ ਵਰਕ ਕੀਤਾ ਆ ਦੁਪੱਟਾ, ਬਹੁਤ ਹੀ ਸੋਹਣਾ ਚਨੋਨ ਦਾ, ਸਿਰਫ 500 ਰੁਪਏ ਦੇ ਦੋ ਸੂਟ। ਤੁਸੀਂ ਖੁਦ ਆਪਣਾ ਸੂਟ ਸਟਿਚ ਕਰਾ ਕੇ ਪਾ ਲਓ, ਕੋਈ ਕੰਪਲੇਂਟ ਆਵੇ ਜ਼ਿੰਮੇਵਾਰੀ ਹੈ ਮੇਰੀ। 500 ਰੁਪਏ ਦੇ ਵਿੱਚ ਅਸੀਂ ਤੁਹਾਨੂੰ ਦੁਪੱਟੇ ਦੇ ਨਾਲ ਲੈਸ ਵੀ ਦੇਣੀ ਆ, ਪ੍ਰਿੰਟ ਦੁਪੱਟਾ ਆ ਡਿਸ਼ੀਨ ਦਾ, ਸਿਰਫ 250 ਰੁਪਏ ਦਾ ਸੂਟ। ਜੇ ਆਪਾਂ ਗੱਲ ਕਰੀਏ ਕੱਪੜੇ ਦੀ, ਇਹੋ ਜਿਹਾ ਕੱਪੜਾ ਜਿਹੜਾ 500 ਰੁਪਏ ਦੇ ਵਿੱਚ ਇਕੱਲਾ ਕੱਪੜਾ ਹੀ ਨਹੀਂ ਤੁਹਾਨੂੰ ਮਿਲੇਗਾ, ਸੋ ਸਿਰਫ ਜਿਹੜੇ 500 ਦੇ ਵਿੱਚ ਇੱਥੇ ਤੁਹਾਨੂੰ ਦੋ ਸੂਟ ਜਿਹੜੇ ਮਿਲ ਰਹੇ ਆ। ਸਰ ਹੋਰ ਵੀ ਮੈਨੂੰ ਲੱਗਦਾ ਕਿ ਤੁਸੀਂ ਕਲਰ ਦਿਖਾ ਦਿਓ, ਕਿਹੜੇ ਕਿਹੜੇ ਤੁਹਾਡੇ ਕੋਲ ਕਲਰ ਹੈ? 4 ਆ ਵੈਸੇ ਰੰਗਾਂ ਮੈਚਿੰਗ, 8 ਆਉਂਦੀਆਂ ਇਸ ਟਾਈਮ, 4 ਕਲਰ। ਸੂਟ 'ਤੇ ਨਿਗਾਹ ਮਾਰ ਲਓ, ਸੂਟ ਭਾਵੇਂ ਕਹੋ 1000 ਪੀਸ ਲੈਣਾ, 1000 ਪੀਸ ਮਿਲ ਜਾਊਗਾ, ਭਰੇ ਪਏ ਬੰਡਲ। ਇੱਕ ਪੀਚ ਕਲਰ ਹੋ ਗਿਆ, ਇੱਕ ਫਿਰੋਜ਼ੀ ਹੋ ਗਿਆ, ਇੱਕ ਗਾਜਰੀ, ਇੱਕ ਯੈਲੋ, ਇੱਕ ਗਾਜਰੀ, 4 ਕਲਰ ਆ ਸੂਟ, ਜਿੰਨੇ ਮਰਜ਼ੀ ਲੈ ਲਓ। 500 ਰੁਪਏ ਦੇ ਦੋ ਸੂਟ। ਕਿੰਨੇ ਕੁ ਸੇਲ ਹੋ ਚੁੱਕੇ ਇਸ ਵਕਤ ਆਹ ਵਾਲੇ ਸੂਟ ਜਿਹੜੇ ਆ? ਇੱਕ ਗਾਗ ਨੇ 24 ਸੂਟ, ਇੱਕ ਗਾਗ ਨੇ ਲਏ ਆ, 30-40 ਵਿਕ ਚੁੱਕੇ ਆ, ਹਲੇ ਸਵੇਰ ਦਾ ਟਾਈਮ ਆ, ਸ਼ਾਮ ਤੱਕ ਚੱਲੀ ਜਾਣਾ ਮੇਲਾ। ਸੋ ਵਿਆਹ ਦਾ ਸੀਜ਼ਨ ਹੈ, ਵਿਆਹ ਦੇ ਸੀਜ਼ਨ ਦੇ ਵਿੱਚ ਤੁਸੀਂ ਇਹ ਲੈਣ ਦੇਣ ਵੀ ਜਿਹੜਾ ਕਿ ਸੂਟ ਖੁਦ ਲਈ ਵੀ ਸਵਾ ਸਕਦੇ ਹੋ ਤੇ ਲੈਣ ਦੇਣ ਦੇ ਲਈ ਵੀ ਜਿਹੜਾ ਕਿ ਵਰਤ ਸਕਦੇ ਆ। ਹੋਰ ਸਰ ਦਿਖਾਓ ਸਾਡੇ ਦਰਸ਼ਕਾਂ ਨੂੰ। ਵਰਾਇਟੀ ਤੇ ਮੁੱਕਣੀ ਨਹੀਂ, ਭਾਵੇਂ ਤੁਸੀਂ ਥੱਕ ਜਾਓਗੇ, ਸਾਡੇ ਕੋਲ ਵਰਾਇਟੀ ਨਹੀਂ ਖਤਮ ਹੋਣੀ। ਆਹ ਵੀ ਲੈ ਲਓ ਸ਼ੋਲ ਵਾਲਾ ਸੂਟ, ਸਿਰਫ 500 ਰੁਪਏ ਦਾ, 2.5 ਮੀਟਰ ਦੀ ਬੋਟਮ ਸ਼ਰਟ ਨਾਲ, ਸਟਾਲ ਨਾਲ ਆ, ਬੂਲਨ ਦਾ ਸੂਟ, ਹੀਟਰ ਲਾਉਣ ਦੀ ਘਰ 'ਚ ਲੋੜ ਨਹੀਂ, ਇੰਨੇ ਗਰਮ ਸੂਟ ਆ, ਸਿਰਫ 500 ਰੁਪਏ ਦਾ। ਰੰਗਾਂ ਮੈਚਿੰਗ ਬਹੁਤ ਜ਼ਿਆਦਾ ਵਾ, ਡਿਜ਼ਾਇਨਿੰਗ ਬਹੁਤ ਆ, ਇਹ ਨਹੀਂ ਕਿ ਤੁਹਾਨੂੰ ਇੱਕ ਡਿਜ਼ਾਇਨ 500 ਦੇਣਾ, ਦੂਜਾ 550 ਦਾ, ਸਾਡੇ ਕੋਲ 500 ਰੇਂਜ ਵਿੱਚ 250-300 ਡਿਜ਼ਾਇਨ ਆਉਂਦਾ ਹਰ ਰੋਜ਼। ਲੱਗਦਾ ਕਿ ਇਹ ਵਾਲੇ ਸੂਟ ਦੇ ਉੱਪਰ ਵੀ ਜਿਹੜੇ ਕੋਟੀ ਪਾਉਣ ਦੀ ਲੋੜ ਨਹੀਂ ਹੈ, ਇਹ ਸਿੰਪਲ ਜਿਹੜੇ ਸਿੰਗਲ ਪਾ ਸਕਦੇ, ਸਿੰਗਲ ਪਾ ਕੇ ਤੁਸੀਂ ਬਾਹਰ ਅੰਦਰ ਘੁੰਮ ਸਕਦੇ, ਠੰਡ ਬਿਲਕੁਲ ਨਹੀਂ ਲੱਗੇਗੀ। ਸਰ ਸੂਟ ਦਿਖਾ ਰਿਹਾ, ਇੰਨੇ ਗਰਮ ਸੂਟ ਹੈ, ਮੈਨੂੰ ਤਾਂ ਖੁਦ ਜਿਹੜੇ ਸੂਟ ਦੇਖ ਕੇ ਗਰਮੀ ਲੱਗਣ ਲੱਗ ਗਈ, ਮੇਰੇ ਮੱਥੇ 'ਤੇ ਵੀ ਪੂਰਾ ਪਸੀਨਾ ਆ ਚੁੱਕਿਆ ਹੈ, ਅਤੇ ਮੇਰਾ ਕੋਟੀ ਲਾਉਣ ਨੂੰ ਵੀ ਦਿਲ ਕਰਦਾ। ਹੋਪਫੁਲੀ ਜਿਹੜਾ ਕਿ ਗ੍ਰਾਹਕ ਵੀ ਇੱਥੋਂ ਗਰਮ ਸੂਟ ਖਰੀਦ ਕੇ ਜਿਹੜਾ ਕਿ ਆਪਣੇ ਆਪ ਨੂੰ ਜਿਹੜਾ ਗੁੱਡ ਫੀਲ ਕਰਨਗੇ ਅਤੇ ਸਰਦੀ ਤੋਂ ਬਚਣਗੇ। ਹਲੇ ਕਿ ਮੇਰੇ ਕੋਲ ਕਾਊਂਟਰ ਦੇ ਮੋਹਰੇ ਵਰਾਇਟੀ ਪਈ ਆ, ਹਲੇ ਖੋਲਣ ਵਾਲੀ ਲਾਈਵ ਹਲੇ ਹੋਣਾ ਆ, ਵਰਾਇਟੀ ਬਹੁਤ ਜ਼ਿਆਦਾ। ਹੁਣ ਮੈਂ ਥੋੜ੍ਹਾ ਬਿਜ਼ੀ ਆ, ਕਸਟਮਰ ਦਾ ਬਿੱਲ ਬਣਾਉਣਾ ਆ, ਉਹਨਾਂ ਨੂੰ ਪੈਕ ਕਰ ਲੈਣ ਦਿਓ, ਬਾਕੀ ਤੁਸੀਂ ਘੁੰਮ ਫਿਰ ਕੇ ਨਿਗਾਹ ਮਾਰ ਲਓ, ਜਿੱਦਾਂ ਮਰਜ਼ੀ ਨਿਗਾਹ ਮਾਰ ਲਓ। ਸੀਜ਼ਨ ਆ ਵਿਆਹ ਦਾ, ਪਰ ਲਹਿੰਗੇ ਸ਼ਰਾਰੇ ਮੈਨੂੰ ਲੱਗਦਾ ਕਿ ਦਰਸ਼ਕਾਂ ਨੂੰ ਜ਼ਰੂਰ ਦਿਖਾ ਦਿਆ, ਕਿਉਂਕਿ ਹੁਣ ਲਹਿੰਗੇ ਸ਼ਰਾਰੇ ਜਿਹੜੇ ਕਿ ਲੋਕਾਂ ਨੇ ਵੱਧ ਤੋਂ ਵੱਧ ਖਰੀਦਣੇ ਆ, ਉਹਦਾ ਵੀ ਸਾਨੂੰ ਕੁਝ ਦਿਖਾ ਦਿਓ। ਚਲੋ ਮੈਂ ਤੁਹਾਨੂੰ ਆ ਪੈਕ ਕਰਾ ਕੇ 5 ਮਿੰਟ ਦਾ ਟਾਈਮ ਦਿੱਤਾ, ਤੁਸੀਂ ਆਪਣਾ
ਕਸਟਮਰ ਦੇ ਨਾਲ ਇੰਟਰਵਿਊ ਕਰ ਲਓ ਮੈਂ 5 ਮਿੰਟ ਤੁਹਾਨੂੰ ਆਏ ਨਾ ਜੀ ਸੋ ਸਾਨੂੰ ਇੱਥੇ ਜਿਹੜਾ ਆਸ਼ੂ ਭਾਜੀ ਨੇ 5 ਮਿੰਟ ਦੇ ਦਿੱਤੇ ਕਹਿੰਦੇ 5 ਮਿੰਟ ਤੱਕ ਮੈਂ ਤੁਹਾਨੂੰ ਜਿਹੜੇ ਕਿ ਵੈਡਿੰਗ ਸੀਜ਼ਨ ਦੀ ਜਿਹੜੇ ਕਿ ਹਰ ਇੱਕ ਵੈਰਾਈਟੀ ਦਿਖਾਵਾਂਗਾ ਸੋ ਪਰ ਮੈਨੂੰ ਲੱਗਦਾ ਕਿ ਉਨੀ ਦੇਰ ਤੱਕ ਅਸੀਂ ਇੱਥੋਂ ਗ੍ਰਾਹਕਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਕਿਹੜੀ ਕਿਹੜਾ ਇੱਥੋਂ ਸਮਾਨ ਜਿਹੜਾ ਖਰੀਦ ਕੇ ਜਾ ਰਹੇ ਆ ਉਹ ਗੱਲਬਾਤ ਕਰਦੇ ਆ ਸੋ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜਿਹੜਾ ਕਿ ਗ੍ਰਾਹਕਾਂ ਦਾ ਤਾਂਤਾ ਲੱਗਾ ਹੋਇਆ ਹੈ ਅਤੇ ਜਿਹੜੇ ਕਿ ਬਹੁਤ ਸਾਰੀ ਸ਼ੋਪਿੰਗ ਕਰ ਰਿਹਾ ਅਤੇ ਆਪਾਂ ਇੱਥੇ ਗ੍ਰਾਹਕਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਜਿਹੜਾ ਕਿੱਥੋਂ ਇੱਥੇ ਜਿਹੜਾ ਸ਼ੋਪਿੰਗ ਕਰਨ ਆਇਆ ਹੈਲੋ ਮੈਮ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਜੀ ਸਵੇਰੇ ਸਵੇਰੇ ਅੱਜ ਸ਼ੋਪਿੰਗ ਕਰਨ ਆ ਗਏ ਕਾਹਦੇ ਵਾਸਤੇ ਖਰੀਦ ਰਹੇ ਹੋ ਅਸੀਂ ਤਾਂ ਬਈ ਉਦੇ ਆਪਣੀ ਖੁਸ਼ੀ ਤੇ ਕਿੱਥੋਂ ਆਏ ਹੋ ਅਸੀਂ ਪਿੰਡ ਖੜੋਦੀ ਤੋਂ ਹਾਂਜੀ ਫਸਟ ਟਾਈਮ ਆਏ ਹੋ ਕਿ ਅੱਗੇ ਵੀ ਆਉਂਦੇ ਨਹੀਂ ਨਹੀਂ ਤੀਸਰੀ ਚੌਥੀ ਵਾਰ ਪਿਛਲੀ ਸਾਲ ਤਾਂ ਮੈਂ ਲੈ ਕੇ ਗਈ ਇੱਥੋਂ 1.5 ਲੱਖ ਦਾ ਕੱਪੜਾ ਬਹੁਤ ਵਧੀਆ ਹਾਂਜੀ ਫਿਰ ਮੈਂ ਅਮਰੀਕਾ ਚਲੇ ਗਈ ਸੀ ਹੁਣ ਵੀ ਉੱਥੋਂ ਹੀ ਆਈ ਹਾਂ ਇੱਥੇ ਹੀ ਆਏ ਸਿੱਧੇ ਸਾਹਿਬ ਹੁਣ ਕਿਹਦੇ ਵਾਸਤੇ ਖਰੀਦ ਲਿਆ ਖੁਦ ਲਈ ਆਪਣੇ ਵਾਸਤੇ ਹਾਂਜੀ ਪਸੰਦ ਆ ਗਿਆ ਸੂਟ ਨਹੀਂ ਆ ਇੱਕ ਆ ਲਿਆ ਸੀ ਉਹ ਲਿਓ ਆ ਤੇ ਆ ਲੈ ਅਸੀਂ ਆਪਣੇ ਭੈਣਾਂ ਵਾਸਤੇ ਤੇ ਆਪਣੀ ਭਰਜਾਈ ਵਾਸਤੇ ਇਜ਼ਲੀ ਪਸੰਦ ਆ ਗਿਆ ਕਿ ਬਹੁਤ ਸਾਰਾ ਫੋਲਾ ਫਰਾਇਆ ਕਰਵਾਉਣਾ ਪਿਆ ਬਹੁਤ ਕਰਵਾਇਆ ਜਾਨੀ ਕਿ ਲਈ ਆਉਂਦੇ ਆ ਜੋ ਮੰਗੀ ਜਾਂਦੇ ਆ ਪੂਰੀ ਸੰਤੁਸ਼ਟੀ ਹੈ ਬਿਲਕੁਲ ਪੂਰੇ ਖੁਸ਼ ਆ ਅਸੀਂ ਸਪਾ ਤੇ ਹੋਰ ਵੀ ਜਿਹੜਾ ਕਿ ਕਸਟਮਰ ਨਾਲ ਗੱਲਬਾਤ ਕਰਦੇ ਇਹਨਾਂ ਤੇ ਆਪਣੀ ਖੁਸ਼ੀ ਜ਼ਾਹਰ ਕਰ ਦਿੱਤੀ ਹੈ ਕਿ ਅਮਰੀਕਾ ਤੋਂ ਆਏ ਆ ਤੇ ਇੱਥੋਂ ਜਿਹੜੀ ਸ਼ਾਪਿੰਗ ਕਰ ਰਹੇ ਆ ਤੇ ਆਪਾਂ ਹੋਰ ਵੀ ਇੱਥੋਂ ਦੇ ਗ੍ਰਾਹਕਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਮਕਸਦ ਕੀ ਹੈ ਇਹ ਸ਼ਾਪ ਜਿਹੜਾ ਚੂਜ਼ ਕਰਨਾ ਮੈਨੂੰ ਲੱਗਦਾ ਕਿ ਪੂਰੀ ਫੈਮਿਲੀ ਜਿਹੜੇ ਕਿ ਸ਼ਾਪਿੰਗ ਕਰਨ ਆਈ ਹੈ ਹਾਂਜੀ ਬਰੀ ਬਣਾਉਣ ਆਈ ਹੈ ਜੀ ਜੀ ਹਾਂ ਕਿੰਨੇ ਕਿ ਜਿਹੜੇ ਹਜੇ ਸ਼ਾਪਿੰਗ ਕਰਦੀ ਕਿ ਹਜੇ ਦੇਖਦੇ ਪਏ ਹੋ ਨਹੀਂ ਸ਼ਾਪਿੰਗ ਕਾਫੀ ਕਰ ਵੀ ਲਈ ਹੈ ਜੀ ਜੀ ਹਾਂਜੀ ਆਸ਼ੂ ਦੀ ਹੱਟੀ ਹੀ ਕਿਉਂ ਆਏ ਆ ਕੀ ਲੱਗਦਾ ਇਹਦੇ ਵਿੱਚ ਖਾਸ ਵੈਰਾਈਟੀ ਵਧੀਆ ਰੇਟ ਕਿਵੇਂ ਦੇ ਲੱਗਦੇ ਸਾਨੂੰ ਵਧੀਆ ਲੱਗਾ ਸੀ ਅੱਗੇ ਵੀ ਆਏ ਸੀਗੇ ਸਾਨੂੰ ਵਧੀਆ ਲੱਗਾ ਆ ਜਿਹਦਾ ਵੈਰਾਈਟੀ ਵੀ ਵਧੀਆ ਲੱਗੀ ਆ ਸਾਨੂੰ ਹਾਂਜੀ ਰੇਟ ਘੱਟ ਆ ਮਤਲਬ ਬਾਕੀ ਦੁਕਾਨਦਾਰਾਂ ਦੇ ਨਾਲੋਂ ਥੋੜਾ ਫਰਕ ਆ ਤਾਂ ਹੀ ਫਰਕ ਕਰਕੇ ਮੈਨੂੰ ਲੱਗਦਾ ਇੱਥੇ ਆਏ ਹਾਂਜੀ ਕਿੰਨੀ ਕੁ ਸ਼ੋਪਿੰਗ ਕਰਕੇ ਜਾਓਗੇ ਅੱਜ ਕੀ ਲੱਗਦਾ ਹੈ ਦੀਦੀ ਕਰਾਂਗੇ ਮੇਰੇ ਖਿਆਲ ਤਾਂ ਲੱਖ ਕਰ ਰੁਪਏ ਦੀ ਤਾਂ ਕਰਾਂਗੇ ਤੁਸੀਂ ਕੀ ਖਰੀਦ ਰਹੇ ਅਸੀਂ ਵੀ ਨਾਲ ਹੀ ਇਹਨਾਂ ਨੇ ਵਰੀ ਖਰੀਦਣ ਆਇਆ ਇੱਦਾਂ ਨਾ ਇੱਥੇ ਵੈਰਾਈਟੀ ਬਹੁਤ ਵਧੀਆ ਸਾਰੀ ਵੈਰਾਈਟੀ ਮਿਲ ਜਾਂਦੀ ਹੈ ਰੇਟ ਦਾ ਕੀ ਕਹਿਣਾ ਹੈ ਠੀਕ ਆ ਹਾਂਜੀ ਆਮ ਸ਼ੋਪਰ ਨਾਲ ਸਹੀ ਆ ਠੀਕ ਆ ਪਹਿਲਾਂ ਵੀ ਆਉਂਦੇ ਰਹਿੰਦੇ ਹੋ ਕਿ ਫਸਟ ਟਾਈਮ ਆਏ ਉੱਥੇ ਪਹਿਲਾਂ ਵੀ ਆਏ ਅਸੀਂ ਦੋ ਵਾਰ ਸੋ ਇੱਥੇ ਜਿਹੜਾ ਕਿ ਮੈਰਿਜ ਸੂਟ ਦੀ ਖਰੀਦਦਾਰੀ ਹੋ ਰਹੀ ਆ ਆਪਾਂ ਪੁੱਛਦੇ ਹਾਂ ਕਿ ਕਿਹਨਾਂ ਵਾਸਤੇ ਜਿਹੜਾ ਕਿ ਸੂਟ ਖਰੀਦ ਰਹੇ ਹੋ ਨਹੀਂ ਮੈਂ ਆਪਣੇ ਨੌ ਵਾਸਤੇ ਖਰੀਦ ਰਹੀ ਹਾਂ ਨੌ ਵਾਸਤੇ ਖਰੀਦ ਰਹੇ ਹੋ ਕਿ ਇੱਥੋਂ ਹੀ ਕਿਉਂ ਨੌ ਵਾਸਤੇ ਖਰੀਦ ਰਹੇ ਹੋ ਰੇਟ ਵਗੈਰਾ ਸਸਤਾ ਸਹੀ ਲੱਗਦਾ ਹੈ ਸਹੀ ਲੱਗਦਾ ਪਹਿਲਾਂ ਵੀ ਕਦੇ ਆਏ ਹੋ ਪਹਿਲਾਂ ਬਹੁਤ ਵਾਰੀ ਪਹਿਲਾਂ ਵੱਡੇ ਦੀ ਮੈਰਿਜ ਕੀਤੀ ਸੀ ਇੱਥੋਂ ਲਗਾਈ ਸੀ ਲੱਗਦਾ ਹੈ ਕਿ ਹੁਣ ਕੰਟੀਨਿਊਸਲੀ ਆਉਣ ਵਾਲੇ ਸਮੇਂ ਦੇ ਵਿੱਚ ਨੌ ਲਈ ਇੱਥੋਂ ਹੀ ਖਰੀਦੋਗੇ ਹਾਂਜੀ ਹਾਂਜੀ ਇੱਥੇ ਹੀ ਖਰੀਦਾਂਗੇ ਹਾਂ ਰੇਟ ਬਾਰੇ ਕੀ ਕਹਿਣਾ ਇਹਨਾਂ ਦੇ ਰੇਟ ਬਾਰੇ ਬਸ ਰੇਟ ਠੀਕ ਹੀ ਹੁੰਦਾ ਇਹਨਾਂ ਦਾ ਫਿਕਸ ਹੀ ਰੇਟ ਆ ਹਾਂਜੀ ਸਹੀ ਲੱਗਦਾ ਸਾਨੂੰ ਕੱਪੜਾ ਜਿੱਦਾਂ ਤਾਂ ਹੀ ਆਉਂਦੇ ਆ ਪਕਵਾੜੇ ਤੋਂ ਆ ਕਿ ਹੋਰ ਕਿਤੋਂ ਆਏ ਅਸੀਂ ਔਜਲਾ ਟੱਕ ਤੋਂ ਆਏ ਆ ਔਜਲਾ ਟੱਕ ਤੋਂ ਹਾਂਜੀ ਬਾਕੀ ਔਜਲਾ ਟੱਕ ਨਹੀਂ ਕੋਈ ਤੁਹਾਨੂੰ ਸ਼ੋਰੂਮ ਵਧੀਆ ਮਿਲਿਆ ਆਸ਼ੂ ਦੀ ਹੱਟੀ ਕਿਉਂ ਆਏ ਨਹੀਂ ਨਹੀਂ ਇਹੀ ਸਾਨੂੰ ਵਧੀਆ ਲੱਗਾ ਤਾਂ ਅਸੀਂ ਇੱਥੇ ਆਏ ਆ ਸੋ ਇੱਥੇ ਲੇਡੀਜ਼ ਦੇ ਨਾਲ ਜੈਂਟਸ ਵੀ ਮੌਜੂਦ ਆ ਉਹਨਾਂ ਤੋਂ ਪੁੱਛਦੇ ਆ ਕਿ ਉਹਨਾਂ ਦਾ ਆਸ਼ੂ ਦੀ ਹੱਟੀ ਜਿਹੜਾ ਕਿਹੋ ਜਿਹਾ ਐਕਸਪੀਰੀਅੰਸ ਆਉਣ ਦਾ ਕੀ ਕਹਿਣਾ ਹੈ ਤਾਂ ਆਪਣੇ ਜਿਹੜੇ ਫੈਮਿਲੀ ਮੈਂਬਰ ਸੀ ਜਿਹੜੇ ਖਰੀਦਦਾਰੀ ਕਰ ਰਹੇ ਹੋ ਕਿ ਤੁਸੀਂ ਵੀ ਕੁਝ ਆਪਣੇ ਲਈ ਖਰੀਦ ਰਹੇ ਹੋ ਹਾਂਜੀ ਮੇਰੇ ਮਦਰ ਔਰ ਮੇਰੀ ਵਾਈਫ ਹੈ ਨਾਲ ਅਸੀਂ ਪਹਿਲਾਂ ਮੇਰੀ ਮੈਰਿਜ ਹੋਈ ਸੀਗੀ ਅਸੀਂ ਉਦੋਂ ਇੱਥੋਂ ਲੈ ਗਏ ਸੀਗੇ ਅਤੇ ਫਿਲਹਾਲ ਹੁਣ ਮੇਰੀ ਛੋਟੇ ਬ੍ਰਦਰ ਦੀ ਮੈਰਿਜ ਹੈ ਹੁਣ ਵੀ ਅਸੀਂ ਇੱਥੋਂ ਖਰੀਦਦਾਰੀ ਕਰਾਂਗੇ ਆਪਣੀ ਮੈਰਿਜ ਲਈ ਮਤਲਬ ਇੱਥੋਂ ਹੀ ਖਰੀਦੇ ਆ ਤੁਸੀਂ ਵੀ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਸੂਟ ਲੱਗਦੇ ਸਾਨੂੰ ਕੱਪੜਾ ਬਹੁਤ ਵਧੀਆ ਆ ਅਤੇ ਮਤਲਬ ਕਿ ਰੇਟ ਵਧੀਆ ਇਹਨਾਂ ਦਾ ਬਾਕੀ ਅਸੀਂ ਆਪਣੇ ਵਾਸਤੇ ਵੀ ਖਰੀਦਦਾਰੀ ਕਰਾਂਗੇ ਮਤਲਬ ਅੰਨਾ ਵਿਸ਼ਵਾਸ ਜਿਹੜਾ ਬਣਿਆ ਹੋਇਆ ਹੈ ਬਿਲਕੁਲ ਬਿਲਕੁਲ ਜੀ ਆਸ਼ੂ ਦੀ ਹੱਟੀ ਤੇ ਵਿਸ਼ਵਾਸ ਹੈ ਪੂਰਾ ਜੀ ਤੇ ਆਉਣ ਵਾਲੇ ਸਮੇਂ ਚ ਵਾਈਫ ਲਈ ਜਿਹੜੇ ਕਿੰਨੇ ਕੁ ਸੂਟ ਜਿਹੜੇ ਇੱਥੋਂ ਖਰੀਦੋਗੇ ਫਿਲਹਾਲ ਕਾਫੀ ਖਰੀਦਾਂਗੇ ਜਿੰਨਾ ਚਿਰ ਹੋ ਸਕਿਆ ਮੈਰਿਜ ਆ ਤੁਹਾਡੀ ਹਾਂਜੀ 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 ਸੋ ਮੈਮ ਕੀ ਕਹਿਣਾ ਹੈ ਆਸ਼ੂ ਦੀ ਹੱਟੀ ਬਾਰੇ ਤੁਹਾਨੂੰ ਕਿੱਦਾਂ ਵਧੀਆ ਰੇਟ ਤੇ ਮਿਲਦੇ ਇੱਥੋਂ ਸੂਟ ਕਿ ਨਹੀਂ ਹਾਂਜੀ ਹਾਂਜੀ ਵਧੀਆ ਇੱਥੇ ਰੇਟ ਬਹੁਤ ਫਿਕਸੇ ਰੇਟ ਹੁੰਦਾ ਇਹਨਾਂ ਦੇ ਜਿੱਦਾਂ ਬਾਜ਼ਾਰ 'ਚ ਜਾਓ ਬਾਜ਼ਾਰ 'ਚ ਸਾਰਾ ਪਹਿਲੇ ਹੀ ਅਗਲੇ 200-400 ਪਹਿਲੇ ਵੱਧ ਕੇ ਦੱਸਦੇ ਆ ਇੱਥੇ ਆਓ ਆ ਫਿਕ ਸੂਟ ਚੱਕੋ ਪੈਸੇ ਦਿਓ ਤਾਂ ਘਰ ਨੂੰ ਜਾਓ ਬਸ ਫਿਕਸ ਰੇਟ ਕੱਪੜਾ ਵੀ ਵਧੀਆ ਆ ਕਿੰਨਾ ਕੁ ਸਮਾਂ ਤੁਹਾਨੂੰ ਹੋ ਗਿਆ ਇਹਨਾਂ ਨਾਲ ਜੁੜਿਆ ਨੂੰ ਮੈਨੂੰ ਹੋ ਹੀ ਗਏ 4-5 ਸਾਲ ਹੋ ਗਏ 4-5 ਸਾਲ ਮਤਲਬ ਬਹੁਤ ਸਾਰੀ ਸ਼ਾਪਿੰਗ ਕਰ ਚੁੱਕੇ ਬਹੁਤ ਬ੍ਰਦਰ ਦਾ ਮੈਰਿਜ ਹੋਈ ਉਹਨਾਂ ਲਈ ਵੀ ਇੱਥੋਂ ਭਾਣਜੇ ਦੀ ਹੋਈ ਭਾਣਜੇ ਦੀ ਵੀ ਇੱਥੋਂ ਹੀ ਹੁਣ ਛੋਟੇ ਭਾਣਜੇ ਦੀ ਹੈ ਤਾਂ ਹੁਣ ਵੀ ਇੱਥੋਂ ਹੀ ਲੈਣਾ ਹੈ ਹੈਲੋ ਕਿੱਥੋਂ ਆਏ ਹੋ ਤੁਸੀਂ ਮਾਲਪੁਰ ਤੋਂ ਮਾਲਪੁਰ ਤੋਂ ਆਏ ਹੋ ਮਾਲਪੁਰ ਦੀਆਂ ਦੁਕਾਨਾਂ ਛੱਡ ਕੇ ਤੇ ਇੱਥੇ ਆਏ ਕਿਉਂ ਆਸ਼ੂ ਦੀ ਹੱਟੀ ਦੇਖੀ ਸੀ ਫੇਸਬੁੱਕ ਤੇ ਕਾਫੀ ਕਮੈਂਟਸ ਪੜੇ ਸੀਗੇ ਵੀਡੀਓਜ਼ ਦੇਖੀ ਸੀ ਵਧੀਆ ਲੱਗੀ ਸੀ ਉਹਨਾਂ ਦੀ ਸਕੈਚ ਲੈ ਕੇ ਵਿਜ਼ਿਟ ਕਰ ਲੈਨੇ ਆ ਪਹਿਲੀ ਵਾਰ ਇੱਕ ਪਹਿਲੋਂ ਵੀ ਆ ਚੁੱਕੇ
टाइम 3-4 महीने पहले आए थे और जस्ट जाते जाते वैसे राउंड लगा आया सीगा ते हुण असीं वैसे सूट खरीद लैण आए सीगे। पहलों ने मतलब शॉपिंग की हुण फर्स्ट टाइम इत्थों शॉपिंग करन आया। हाँ जी आ गया पसंद सूट का चे रेट वगैरह हो गया कि नहीं? हाँ जी रेट हो गया वधिया आ। रेट किवें दा घट है कि ज्यादा तां नहीं लगदा कि लुट हो रहे आ? नहीं नहीं वधिया आ। हाँ जी ठीक है रेट कोई पछतावा नहीं आएगा अगर चीज खरीदिया कोई तानू रिग्रेट नहीं फील होएगा ना? हाँ जी नहीं इदां दा तां नहीं कुछ होएगा। हाँ जी वधिया स्टाफ वधिया है वधिया दिखांदे आ ते अगे भी आंदे रहोगे? हाँ जी आवांगे नाल ग्राहकां नूं भी लियांदे। हाँ जी जरूर। सो तुसीं खुद भी देख सकते हो कि लहंगा आया नवीं नवीं वरायटी आई हैं देखने च भी बहुत सोहना लहंगा लगता। सो जिन्हों इस लहंगे नूं खरीद रहे हैं उन्होंने भी गलबात करते हैं। हैलो मैम लहंगा कटवाया होया कद वास्ते? एक्चुअली मैरिज दा मैरिज वास्ते किसी नूं भेजना आ। बाहर पार्सल करना कि? हाँ जी बाहर पार्सल करना। मतलब इत्थों शॉपिंग करके तुसीं बाहर भी जिहड़ा भेजदे हो? हाँ जी हाँ जी। फर्स्ट टाइम आए हो कि पहले? फर्स्ट टाइम। हाँ जी किहो जी लगी वरायटी? अच्छी है बहुत प्यारी है अजे देख रहे हैं अजे तो होर लवांगे फिर नेक्स्ट टाइम। होर भी बहुत सारियां वैरायटीज है? बहुत वैरायटीज अजे देखियां कुछ सिलेक्शन कीती है कुछ करांगे होर। हां जी एंदा लगदा कि एक्सपेंसिव है पर वधिया नहीं है कुछ इतना तानी कोई चक्कर? नहीं 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 वैरायटी वाइज ते क्वालिटी वाइज भी अच्छा है प्राइस वाइज भी बहुत अच्छा है क्योंकि असि देखे वीडियोस देख के आए हैं प्राइस से अकॉर्डिंग भी बहुत अच्छा है। हां जी कितने को पीस लोगे? तो देखो मैरिज ली भेजने हजे सिलेक्शन हो रही है किन्ने के लेने हजे कोई आइडिया नहीं है। हाँ जी हेलो मैम। हेलो जी खुद ले डिसाइड कर रहे हो किस लिए लेके जाना है? अपने कोई मैरिज है या कोई और ओकेजन? मैरिज है। दीदी मैरिज? मामू दी मैरिज। मतलब खास ही मैरिज है? हाँ जी हाँ जी। खास कपड़े भी खरीदने हैं तो हम थानू की लगता कि आशु की हट्टी तो मिलेगा तो खास वह जो ऑनलाइन देखा है इतने फेसबुक से देखा वीडियो वधिया लगा फिर वो देखना है। बहुत सोहनी तुसी ड्रेस भी कढ़ी हाथ दे विच फड़ी है तुहानू पसंद आई है कि नहीं? हाँ जी हाँ जी वही देख रही थी। प्राइस के हो चे लगा है ड्रेस का? फेयर है सही है। ऐसा लगता कि लुट होके जाओगे तो? नहीं नहीं मतलब दोबारा आओगे रेट देख के? आवांगे। सैटिस्फाइड हो इना दे? हेलो मैम। हेलो जी कादे वास्ते शॉपिंग हो रही है? सर्दियों का मौसम है गर्म सूट मैं लगता खरीद रहे हो? हाँ जी। कादे अपने लिए कि किसी और लेके जाना? अपने लिए भी किसी और के लिए भी। पसंद आ गए कि अजे सिलेक्ट ही कर रहे? हाँ जी कर रहे हैं सिलेक्ट। वैसे तो लगता है कि पसंद आ जाएगा कलर वगैरह किहो जे लगदे? नहीं बढ़िया है वैरायटी तो अच्छी है। हाँ जी रेट वगैरह अजे होया कि नहीं? हाँ जी हाँ जी। किहो जे रेट आ? रेट भी सही है। हाँ जी एक्सपेंसिव लागे तुहानू दस्सिया? नहीं 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 ऐदा तो नहीं है जी। सैटिस्फाइड हो इन्हां दी वैरायटी ते? हाँ जी। सो कस्टमर जा रहे सी 1, 2, 3, 4 कंबल इन्हें मैनू लगे एक हाथ च हो गया पर चार कंबल से की रीजन है? एक दी था किन्ने चार कंबल लेके जा रहे हो की रीजन? मैनू वधिया लगे बहुत वधिया आ सारा कुछ भाजी बहुत टाइम तो सानू जानदे आ ते पिंड सवेरे आ जांदे सीगे ते मॉर्निंग जदो साडी अख खोलदी सी भाजी दे आवाज़ दे नाल ही खोलदी सीगी जदो भाजी बोलदे सीगे। मैनू 15 साल हो गए आ जुड़िया नू। 15 साल हो चुके आ विश्वास अन्ना विश्वास बनाया होया इन्हां ने जदों आवाज़ मारनी है जदों इन्हां ने ये शॉप कर ली आ ते आउंदे नहीं हैगे पर सानू हजे तक भी याद आउंदे आ इत्थे पहुँच जांदे शॉपिंग। हाँ जी हाँ जी बहुत वधिया है नाइस भी बहुत आ ते इन्हां दा काम भी कपड़ा भी सारा कुछ बहुत वधिया आ पूरा सैटिस्फाइड सारा पिंड साडा तां इन्हां नूं ही याद करदे पूरा पिंड तुसी नहीं पूरा पिंड पूरा पिंड याद करदे आ। हाँ जी सारे असीं जुड़े जदों भाजी मिलदे पर साडी रिस्पैक्ट बहुत करदे आ ते बहुत ज़्यादा प्यार नाल बोलदे आ बहुत ज़्यादा। हुण भी मैं लैणे सीगे कंबल सानूं चाहीदे मैं कहां मैं भाजी दे लैके जाणे आ। हाँ जी लै चले हुण चार कंबल लै चली आ। हाँ जी हाँ जी बहुत अच्छे आ बहुत वधिया आ मैनू तां जाने की इन्ना आ पे बहुत ज़्यादा ही चंगे आ मैं कुछ बोलने च शब्द है ही नहीं है। सो तुसीं देखिया कि ग्राहकां दे मोह शब्द भी खत्म हो चुके आशु दी हट्टी दे तरीफां करदे करदे क्यों ना होण कि सारा पंजाब ही जिहड़ा उन्हां नूं जानदा है ते क्योंकि सारे पंजाब दे लोक इत्थों जिहड़े आके शॉपिंग करदे आ। मैनूं लगदा कि 5 मिंट जिहड़े कि साडे कंप्लीट हो चुके आशु भाजी ने दित्ते सी कि 5 मिंट बाद जिहड़े कि वैडिंग सीजन दी जिहड़ी कि वैरायटी दिखावांगा ते आपां हुण देखदे आ 5 मिनट तो कंप्लीट हो गए तो आशु भाजी हुण सानूं दिखाउणगे कि वैडिंग सीजन के लिए कि जिहड़ी खास वरायटी है। सर दिखाओ फिर दर्शकां जिहड़ी कि वरायटी। वैसे मैं हुण कल्ला आप ही लगा को मेरे मुंडे सारे सेलमैन सारे बिजी हो चुके आ मैं हुण 5 मिनट का समा कढ के तुहाडे लई लैके आया कि हर किसी के कस्टमर का फायदा हो सके। हुण आ वैडिंग सूट तुहाडे मूहरे खोलन लगा इहदा बाजार दे विच लैण चलूंगे 4500-5000 तो घट मेरा चैलेंज है ना कि मिलना ते ना मिल सकता ही आ
45 पता कि हर एक जो ब्याह शादी सीजन हों किसी की मैरिज होंगी वह चा हों कि मैं वधिया तो वधिया सूट पाव मगर घर दियां दा बजट थोड़ा छोटा हों कई वेले अगला ना अफोर्ड नहीं कर सकते 5000 का सूट या 6000 का सूट भी कल्ले सूट नहीं लैके देने इस तो अलावा उन्होंने होर भी खर्चे होंगे आ मान लो पैलेस का खर्चा हो गया हलवाइया के खर्चे हो गए सुनियारे का काम हो गया बहुत ज़्यादा हों अगले का असी उन्होंने बजट बिल्कुल नॉर्मल लिया के कुड़ी का मन भी खुश हो जूगा तो वह लावा फेरे वाला सूट भी उन्हें चाहूगा घर के भी वो खुश होने का बजट भी पूरा आ जूगा दिल भी होंगे मैं वधिया सूट पावा हैवी सूट वेडिंग आला दुपट्टे हैवी और प्योर सिल्क दे विच जे कोई कुड़ी मोटी भी आ जे कोई मोटा बंदा भी आंदा ओहदा भी बड़ा ईजीली बन जाना 32 इंच घेरा आ प्राइज सिर्फ 5000 रुपए पे सूट सिर्फ 2000 रुपए रंग हैवी सूट है बिल्कुल परफेक्टेड है कि रहेगा बात कर दूंगा रंगा दी बरसात सिर्फ 2000 रुपए दा वेडिंग सूट जी वेडिंग आलो चक के देखो सूट इहदा वजन 3.5-4 किलो दा सूट आ और टोटल हैंडवर्क होया आ सूट ओपन कर देना पता अड्डे मूरे तां मिलदा दा बाजार दे विच इह सूट मिलेगा तुहानू 10000 दा पा इत्थे दा रेट पुछ लांदे कि तुसीं आ चुपा जी इहनू किन्ने दे रेट च दो 2000 रुपया कहना भी दो आ ते लेना भी दो मतलब इह भी सूट जिहड़ा 2000 दे विच हां जूड़ी के च रेड मैजेंटा लेना इह च तुसीं मैहरून कलर पहले दिखा लिया मैहरून लै लो मैजेंटा कलर लै लो गाजरी कलर लै लो पीच कलर लै लो फरोजी लै लो पिंक कलर लै लो वाइट क्रीम कलर भी लै लो ब्लू कलर भी लै लो कलर मेरे को इस तो अलावा भी उपर भरे भी मेरे को टाइम नहीं सी जान दा जिन्ना क मेरे को आ सकिया मैं जाके ले आया और मैं खुद गया मैं आप ही लिया और रश भी आ किस्तों के बिल भी बनते पे आ किस दिन तुम साढ़े को आज मॉर्निंग मॉर्निंग जो तगड़ साहब आते हैं ये तुम वरायटी दिखावे पूरी नहीं नहीं तुम तो होने जे कि पूरे रंगा की बरसात कर दी होर कि रंग हो दस दो सानू मूँह चुन दस दो कि होर रंग रंग ये घट्टो घट 36-37 रंग आते डिजाइन 100-150 आता है आ डिजाइन की तुम क्लीनशॉट लै लो जे तुम कपड़ा लैके भी तैयार करा जाऊंगे तुम 3-4 हज़ार का खुद पेगा मेहनत करा तो बाद भी असी थोड़ी तो बिना मेहनत बिना टाइम वेस्ट किए तुम घर बैठे सूट 2000 रुपया दे देना दुपट्टे फोर साइड आ जिदा मर्जी कुड़ियाँ पहन तो हंडाण तो राजी रहन तुसी लुक तो देख लिया पर जो कपड़े की गल करिए 100% जो कपड़ा भी बिल्कुल सही है कोई भी जो कंप्लेंट्स मैंने लगता नहीं आएगी सवाल ही नहीं पता होता आ तुम जो हम आडे मोहरे सूट खोलना तुम दसो जो तुम अपने वास्ते लैना मिनट एक नहीं लाना प्राइस सुन के सिर्फ 2000 रुपया ओनली इस तो बाद आ सूट हो गए 2000 मेरे को 250 तो सूट स्टार्टिंग हो जाता हूँ आ लहंगा आ सिर्फ 2200 रुपए का 2200 का लहंगा सिर्फ ना तो रेंट की गल करें रेंट च सिर्फ किन्ने का मिलेगा रेंट रेंट को लोग 5-6 हज़ार रेंट लै लेंगे असी मुल देना 2200-2250-2300 च 2200 रुपये लहंगा तो मैं ओपन करके दिखा देना इस तो बाद मैं तुम्हें हैवी लहंगा भी खोलना जरूरी कि मेरे को 2200 वाले लहंगे आ मेरे को 1500-1800 तो लहंगा स्टार्ट हो जाता हूँ कुदरती हाथ च मेरे आ गया यदा रेंट रेट हैगा सिर्फ 2200 जे तुम लहंगा रेंट दे लैन चल जाओगे 5000 तो घर तुम रेंट नहीं मिलना कई वेले कस्टमर का मन हों कि असी बाद की करना हूँ जे तुम 2200 का मुल मिल जाता फिर तुम 5000 रेंट से जरूरी खर्चना किसी गरीब के काम आजू बाद और यह भी हो जाता कि अपना मैं वैडिंग का लहंगा मुल लिया कि मुल आलो 2200 का लहंगा टॉप नाल आ दुपट्टा पूरा फोर साइड आ खोलने की लड़ ही नहीं हूँ एक डोली वाला लहंगे की इस टाइम पूरी जयजयकार हो पी आ बाजार 15-15-20 हज़ार रुपया लोग रेंट ले आते असी तुम सिर्फ मुल देना कि चेक कर सकते हैं 5400 रुपए का मुल लहंगा हूँ तो लहंगा लोग खोल के खाऊंगा 5400 रुपए का मुल बराई मैडम उठ के खड़े हो जाओ 5400 रुपए का मुल लहंगा इनू डोली वाला लहंगा कहते डोली वाला सारा लहंगा चम चम करता डोली वाला लहंगा ओनली 5400 रुपए का मुल लहंगा मिल जाना तुम मुल बाकी आप दुकानदार की गल करिए कि वधा के जो रेट दस यदि कोई लिमिट नहीं कोई 40000 का कोई 35000 का कोई 30000 का मुल बेच ही जाता हूँ रेंट रेंट की गल कर लिए 15000 प्लस रेंट आ मान लो तुम लहंगा रेंट से लिया लहंगे कोई नुकस पै गया उन्हें ढेर को 30-40 हज़ार रुपया पे कर लेना अगले ने जे लहंगा फट गया मान लो कि कोई प्रॉब्लम आ जाती कोई दाग पै जाता विआह के कोई चीज़ उपर डुल जाती है उन्हें कहना साडा लहंगा खराब हो गया सू 40000 रुपया भरो वापसी तो मैं लगता चक्कर च पैण के खुद जोड़ा कि
अपने पैसे 5400 तो दस्या सी राइट 5400 ਦਾ ਹਾਂ ਮੁੱਲ ਲੈ ਸਕਦੇ ਹੋ ਉਹ ਕਰਨਾ ਕੀ ਹੈ ਇਹਨੂੰ ਲਹਿੰਗੇ ਨੂੰ ਕੋਲੀ ਸੀਨ ਲੱਗਣੀ ਤੇ ਟੌਪ ਸਮਾਣਾ ਆ ਔਰ ਇਹ ਆਸ਼ੂ ਹੱਟੀ ਦੇ ਅੱਡੇ ਫਾਇਦੇ ਮਿਲਨੇ ਆ ਫਾਇਦੇ ਹੁੰਦੇ ਰਹਿਣੇ ਆ ਤੇ ਅਸੀਂ ਕਰਦੇ ਹੀ ਰਹਿਣਾ ਤੁਹਾਡੇ ਤੇ ਹੋਰ ਵੀ ਮੈਨੂੰ ਲੱਗਦਾ ਦਿਖਾ ਦਿਓ ਦਰਸ਼ਕਾਂ ਨੂੰ ਹੋਰ ਕਿਹੜੇ ਮੈਡਮ ਸੌਰੀ ਹੁਣ ਟਾਈਮ ਹੈ ਨਹੀਂ ਕਸਮ ਹੈ ਬਿੱਲ ਬੰਦੇ ਪਏ ਆ ਸਰ ਮੰਨਿਆ ਕਿ ਤੁਸੀਂ ਕਹੀ ਜਾਂਦੇ ਮੇਰੇ ਤੋਂ ਸਮਾਂ ਬਹੁਤ ਘੱਟ ਹੈ ਪਲੀਜ਼ ਇੱਕ ਰਿਕੁਐਸਟ ਹੈ ਕਿ ਹੁਣ ਜਾਗੋ ਜਿਹੜਾ ਮੈਰਿਜ ਦਾ ਸੀਜ਼ਨ ਜਾਗੋ ਦਾ ਵੀ ਖਾਸ ਜਿਹੜਾ ਕਿ ਓਕੇਜ਼ਨ ਹੁੰਦਾ ਤੇ ਜਾਗੋ ਵਾਸਤੇ ਮੈਨੂੰ ਇੱਕ ਵਾਰ ਫੁਲਕਾਰੀਆਂ ਵਗੈਰਾ ਦਿਖਾ ਦਿਓ ਕਿਹੜੇ ਆ ਕਿਹੜੀਆਂ ਜਾਗੋ ਵਾਲੇ ਨਾ ਸੂਟ ਬਣ ਕੇ ਦੁਪਹਿਰ ਤੱਕ ਆਣੇ ਆ ਔਰ ਮੈਂ 1200 ਦਾ ਜਾਗੋ ਵਾਲਾ ਸੂਟ ਦੇਣਾ ਫੁਲਕਾਰੀ ਦੇ ਦੁਪੱਟਾ ਨਾਲ ਪੂਰਾ ਹੈਵੀ 1200 ਚ ਸੂਟ ਦੇਣਾ 1200 ਦੇ ਵਿੱਚ ਨੇ ਤਾਂ ਫੁਲਕਾਰੀ 1200 ਦੇ ਮੈਨੂੰ ਲੱਗਦਾ ਕਰੀਬ ਕਰੀਬ ਫੁਲਕਾਰੀ 500 ਤੋਂ ਸਟਾਰਟਿੰਗ ਆ ਮੇਰੇ ਕੋਲ ਫੁਲਕਾਰੀ ਵੈਸੇ 150 ਸਟਾਰਟਿੰਗ ਆ ਜਿਹੜੀ ਵਧੀਆ ਫੁਲਕਾਰੀ ਆ ਉਹ ਤੁਹਾਨੂੰ ਦਵਾਂਗਾ 500 ਰੁਪਏ ਦੀ ਹੁਣ ਕਾਰੀਗਰ ਸ਼ਾਇਦ ਘੰਟੇ ਜਾਂ ਡੇਢ ਘੰਟੇ ਤੱਕ ਮੇਰੇ ਕੋਲ ਲੈ ਕੇ ਆਏਵੇ ਜਾਮ ਸਿਲਕ ਦਾ ਸੂਟ ਹੋਣਾ ਨਾਲ ਕੇ ਬਾਰਡਰ ਹੋਣਾ ਬਾਹਾਂ ਦੇ ਬਾਰਡਰ ਹੋਣਾ ਦੁਪੱਟਾ ਪੂਰਾ ਹੈਵੀ ਹੋਣਾ ਸਿਰਫ 1200 ਰੁਪਏ ਦਾ ਤੁਹਾਨੂੰ ਫੁੱਲ ਸੂਟ ਦੇਣਾ ਹੁਣ ਜਿਹੜਾ ਆਹ ਮੰਨ ਲਓ ਫੁਲਕਾਰੀਆਂ ਦੀ ਗੱਲ ਕਰਦੇ ਹਾਂ ਆਪਾਂ ਆਹਲੀਆਂ ਇਹ MRP ਇਹਦਾ 800-900 ਹਜ਼ਾਰ ਆ ਅਸੀਂ ਸਿਰਫ ਤੁਹਾਨੂੰ ਸਿਰਫ 500 ਰੁਪਏ ਦੀ ਮੁੱਲ ਦੇ ਦੇਣੀ ਆ ਸੋ ਤੁਸੀਂ ਦੇਖ ਸਕਦੇ ਹੋ ਕਿ ਹੈਵੀ ਫੁਲਕਾਰੀ ਆ ਮਤਲਬ ਇੰਨੇ ਜ਼ਿਆਦਾ ਵੀ ਨਹੀਂ ਪੂਰਾ ਫੁੱਲ ਕੱਢਿਆ ਹੋਇਆ ਪਰ ਇੰਨਾ ਨਹੀਂ ਲੱਗਦਾ ਬੋਝ ਨਹੀਂ ਲੱਗਦਾ ਕਿ ਅਸੀਂ ਉੱਪਰ ਕੁਝ ਲਿਆ ਆ ਪਰ ਦੇਖਣ 'ਚ ਵਧੀਆ ਲੱਗਦਾ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਓ ਸਿਰਫ 500 ਰੁਪਏ ਦੀ ਮਿਲ ਜਾਣੀ ਆ ਇਹਦੇ ਵਿੱਚ ਡਿਜ਼ਾਈਨ ਮੇਰੇ ਕੋਲ ਸ਼ਾਮ ਤੱਕ 300-400 ਪੀਸ ਆਉਂਦਾ 250-300 ਨਾਲ ਸੇਲ ਹੋ ਜਾਂਦਾ ਸਿਰਫ 500 ਸ਼ੀਸ਼ਿਆਂ ਵਾਲੀ ਇੱਥੇ ਵੀ ਸ਼ੀਸ਼ੇ ਲੱਗੇ ਹਾਂਜੀ 500 ਹੈਂਡਵਰਕ ਵੀ ਹੋਇਆ ਆ 4 ਸਾਈਡ ਬਾਰਡਰ ਵੀ ਬਣਿਆ ਆ ਪੂਰੀ ਫੁਲਕਾਰੀ ਸਿਰਫ 500 ਰੁਪਏ ਦੇ ਵਿੱਚ ਹੁਣ ਇਸ ਤੋਂ ਬਾਅਦ ਇਹਨੂੰ ਕੰਬਲ ਖਾਲ ਦਈਏ ਅੱਜ ਕੱਲ੍ਹ ਕੰਬਲ ਦੀ ਡਿਮਾਂਡ ਤਾਂ ਹਰੇਕ ਨੂੰ ਅੱਜ ਤੋਂ ਕੰਬਲ ਖਾਲ ਦਈਏ ਜਿਹੜੇ ਆਹ ਭਾਰੇ ਭਾਰੇ ਝੋਟਿਆਂ ਵਰਗੇ ਕੰਬਲ ਆਪਾਂ ਨੂੰ ਕਹਿੰਦੇ ਸਾਡੀ ਦੁਕਾਨ ਤੇ ਇਹ ਭਾਰੇ ਕੰਬਲ ਆ ਸਿਰਫ ਮਿਲ ਜਾਣਾ 500 ਰੁਪਏ ਦਾ 500 ਦੇ ਰੁਪਏ ਦੇ ਵਿੱਚ ਕੰਬਲ ਹੁਣ ਇਹ ਜਗ੍ਹਾ ਹੁੰਦੀ ਆ ਮੇਰੇ ਕੋਲ ਕੰਬਲ ਵੈਸੇ 100 ਰੁਪਏ ਤੋਂ ਸਟਾਰਟ ਆ ਤੁਹਾਨੂੰ ਉਹ ਵੀ ਨਿਕਾ ਕਰਾ ਦੇਣਾ 100 ਰੁਪਏ ਦਾ 150 ਦਾ 200 ਦਾ 250 ਦਾ ਕਈ ਵੇਲੇ ਕਈ ਕਸਟਮਰ ਕਹਿੰਦਾ ਖਰੀ ਜਗ੍ਹਾ ਦੇਣਾ ਔਰ ਅਸੀਂ ਕੰਬਲ ਭਾਰਾ ਦੇਣਾ ਇਹ ਬਾਜ਼ਾਰ 'ਚ ਮਿਲਣਾ 700 ਰੁਪਏ ਦਾ ਅਸੀਂ ਦੇਣਾ 500 ਰੁਪਏ ਦਾ ਇਹਦੇ ਵਿੱਚ ਇੱਕ ਡਬਲ ਬੈੱਡ ਦਾ ਆਉਂਦਾ ਉਹ 1500 ਦੇ ਦੋ ਡਬਲ ਬੈੱਡ ਦਾ ਕੰਬਲ ਖੋਲੋ 250 ਰੁਪਏ ਕੰਬਲ ਵੀ ਖੋਲ ਕੇ ਆਓ ਜਿਹੜਾ ਸਿਰਫ 250 ਰੁਪਏ ਦਾ ਕੰਬਲ ਬੈਗ ਵਿੱਚ ਪਾ ਕੇ ਤੁਹਾਡੀ ਗੱਡੀ 'ਚ ਰੱਖ ਕੇ ਵੀ ਆਵਾਂਗੇ ਆਪਾਂ ਬਾਹਰ ਜਾ ਕੇ ਕੰਬਲ ਝਾਤੀ ਮਾਰ ਲਿਓ ਤੁਹਾਡੇ ਕੈਮਰੇ ਵਿੱਚ ਵੀ ਪੂਰਾ ਕੰਬਲ ਨਹੀਂ ਆਊਗਾ ਇੰਨਾ ਵੱਡਾ ਕੰਬਲ ਆ ਇਹ ਮਿਲਣਾ ਸਿਰਫ ਆਪਾਂ ਨੂੰ 500 ਰੁਪਏ ਦਾ ਬਲਸ਼ ਕੰਪਨੀ ਦਾ ਭਾਰਾ ਕੰਬਲ 500 ਰੁਪਏ ਦਾ ਇਹ ਰੇਟ ਹੈਗਾ ਜੂਨ ਜੁਲਾਈ ਦਾ ਰੇਟ ਹੁਣ ਇਸ ਟਾਈਮ ਰੇਟ ਕਾਫੀ ਹੋ ਚੁੱਕਾ ਅਸੀਂ ਤੁਹਾਨੂੰ ਸੀਜ਼ਨ ਵਿੱਚ ਵੀ 500 ਦਾ ਦਵਾਂਗੇ ਤੇ ਇਹਦੇ ਵਿੱਚ ਹੋਰ ਵੀ ਬਹੁਤ ਸਾਰੇ ਕਲਰ ਬਹੁਤ ਗੋਦਾਮ ਭਰੇ ਪਿਆ ਕਰੋ ਜਿੰਨੇ ਮਰਜ਼ੀ ਲੈ ਲਿਓ ਪੀਸ ਜਿੰਨੇ ਮਰਜ਼ੀ ਲੈ ਲਿਓ ਆਸ਼ੂ ਭਾਜੀ ਤੁਸੀਂ ਕੰਬਲਾਂ ਦੀ ਤਾਂ ਗੱਲ ਕਰ ਦਿੱਤੀ ਮੈਂ ਕਹਿੰਦੀ ਇੱਕ ਵਾਰੀ ਸਾਨੂੰ ਰਜਾਈ ਵੀ ਦਿਖਾ ਦਿਓ ਕਿਹੋ ਜੀ ਰਜਾਈ ਤੇ ਰੇਟ ਕੀ ਆ ਰਜਾਈ ਰਜਾਈਆਂ ਤੁਹਾਨੂੰ ਉਦਾਂ ਦੇ ਦੇਵਾਂਗੇ ਤੁਸੀਂ ਰਜਾਈ ਦਾ ਕੱਪੜਾ ਲੈ ਲਿਓ ਕੱਪੜਾ ਲੈ ਕੇ ਨਾ ਤੁਹਾਡੇ ਕੋਲ ਉਹਨੇ ਦੀ ਸਿਲਾਈ ਹੋਣੀ ਨਾ ਤੁਹਾਡੇ ਕੱਪੜਾ ਬੰਨਾ ਤੁਹਾਨੂੰ ਰਜਾਈ ਦਵਾਂਗੇ ਆਪਾਂ ਬਹੁਤ ਰੀਜ਼ਨੇਬਲ ਰੇਟ ਦੇ ਉੱਪਰ ਡਬਲ ਬੈੱਡ ਦੀ ਰਜਾਈ ਰਿਵਰਸੀਬਲ 2600 ਰੁਪਏ ਦੀ ਦੋ 2600 ਦੀਆਂ ਦੋ ਡਬਲ ਬੈੱਡ ਦੀਆਂ ਰਜਾਈਆਂ ਮੈਂ ਕੋਈ ਇੱਕ ਸੈਂਪਲ ਲਾਗੇ ਪਿਆ ਵਾ ਉਹ ਤੁਹਾਨੂੰ ਦਿਖਾ ਦੇਣਾ ਸਿਰਫ ਮੈਨੂੰ ਤਾਂ ਦੇਖ ਕੇ ਯਕੀਨ ਨਹੀਂ ਹੁੰਦਾ ਕਿ 26 ਲੱਗਦਾ ਕਿ 2600 ਦੀ ਇੱਕ ਰਜਾਈ ਜਾਂ 3000 ਦੀ ਮੈਨੂੰ ਲੱਗਦਾ ਸੀ ਇੱਕ ਰਜਾਈ ਹੋਵੇਗੀ ਪਰ ਇਹ 2600 ਦੇ ਵਿੱਚ ਆਸ਼ੂ ਦੀ ਹੱਟੀ ਵਾਲੇ ਤੁਹਾਨੂੰ ਦੋ ਰਜਾਈਆਂ ਦੇ ਦੇ ਮੇਰੇ ਕੋਲ ਸੈਂਪਲ ਪਿਆ ਵਾ ਡਬਲ ਬੈੱਡ ਦੀ ਰਜਾਈ ਆ ਆ ਲੋ ਕਿੰਗ ਸਾਈਜ਼ ਆ ਤੁਹਾਨੂੰ ਕਮਰੇ 'ਚ ਹੀਟਰ ਲਾਉਣ ਦੀ ਲੋੜ ਨਹੀਂ ਇਹ ਸਿਰਫ ਆਪਾਂ ਨੂੰ ਮਿਲ ਜਾਣੀ 1300 ਰੁਪਏ ਦੇ ਵਿੱਚ 2600 ਰੁਪਏ ਦੋ ਬੰਨੋ ਗਰੀਬੀਆਂ ਨਹੀਂ ਤੁਸੀਂ 10 ਲਿਆਣੀਆਂ ਤਾਂ ਵੀ 1300 ਦੀਆਂ ਪੈਣੀਆਂ ਉਸ ਹਿਸਾਬ ਨਾਲ ਇੱਕ ਲਓਗੇ ਅਸੀਂ ਤੁਹਾਨੂੰ ਤਾਂ ਵੀ 1300 ਦੀ ਦੇ ਦੇਵਾਂਗੇ ਹਾਂ ਇਹ ਹੈਗੀ ਰਿਵਰਸੀਬਲ ਜੇ ਇਹਦੇ ਵਿੱਚ ਇੱਕ ਸਾਈਡ ਵਾਲੀ ਲਓਗੇ ਉਹ ਤੁਹਾਨੂੰ ਮਿਲ ਜਾਣੀ 1150 ਰੁਪਏ ਦੀ ਮਗਰ ਉਹ ਇਸ ਟਾਈਮ ਮੇਰੇ ਕੋਲ ਸਟਾਕ ਖਤਮ ਆ ਇਹਦਾ ਸਟਾਕ ਮੇਰੇ ਕੋਲ ਪਿਆ 1300 ਤੁਸੀਂ ਦੇਖ ਰਹੇ ਸਕਦੇ ਹੋ ਕਿ ਕਿੰਨਾ ਲਗਜ਼ਰੀ ਪ੍ਰਿੰਟ ਹੈ ਮਖਮਲ ਪੂਰੀ ਮਖਮਲ ਦੀ ਨੀਂਦ ਆਪਣੇ ਆਪ ਆਏਗੀ ਰਾਈਆਂ ਗਰਮ ਆ ਬਿਲਕੁਲ ਜੀ ਕੰਬਲਾਂ ਦੀਆਂ ਲਾਈਨਾਂ ਪਈਆਂ ਲਿਮਿਟਿਡ ਚ ਕਿਤੇ ਜਿਹੜੇ ਸਟਾਕ ਲੱਗਦਾ ਪਿਆ ਮੈਂ ਚਾਹੁੰਦੀ ਹਾਂ ਕਿ ਇਸ ਤੋਂ ਇਲਾਵਾ ਜਿਹੜਾ ਹੈਗਾ ਸਟਾਕ ਕੰਬਲਾਂ ਦਾ ਨਹੀਂ ਸਟਾਕ ਤੁਸੀਂ ਭਾਵੇਂ ਟਰੱਕ ਭਰ ਕੇ ਲਿਓ ਤਾਂ ਵੀ ਤੁਹਾਨੂੰ ਕੰਬਲ ਇੰਨਾ ਮਿਲ ਜਾਊਗਾ ਸੋ ਆਸ਼ ਭਾਈ ਤੁਸੀਂ ਕਿਹਾ ਕਿ ਕੰਬਲਾਂ ਦੀਆਂ ਤਾਂਕਾਂ ਲੱਗੀਆਂ ਹੋਈਆਂ ਕਿੱਥੇ ਲੱਗੀਆਂ ਸਾਨੂੰ ਵੀ ਦੱਸ ਦਿਓ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਦਿਖਾ ਦਿਓ ਵੈਸੇ ਜਿਹੜਾ ਮੇਨ ਮੇਰਾ ਜਿਹੜਾ ਮੇਨ ਸਟੋਰ ਆ ਉਹ ਹੈਗਾ ਮਾਰਕੀਟ ਦੇ ਅੰਦਰ ਉੱਥੋਂ ਅਸੀਂ ਰਾਤ ਨੂੰ ਗੱਡੀਆਂ ਭਰ ਕੇ ਇੱਥੇ ਲਿਆਈਦੀਆਂ ਜਦੋਂ ਗੱਡੀਆਂ ਮਿਲਣਾਂ ਚੋਂ ਟਰੱਕ ਭਰ ਕੇ ਆਉਂਦੇ ਆ ਅਸੀਂ ਉੱਥੇ ਸਟਾ ਦਈਦੇ ਆ ਉਸ ਤੋਂ ਬਾਅਦ ਮੈਂ ਜਿੱਦਾਂ ਦਾ ਮੇਰਾ ਰੋਜ਼ 10,000-1500 ਕੰਬਲ ਆਣਾ ਹੁੰਦਾ ਉਹ ਮੈਂ ਇੱਥੇ ਲਿਆ ਨਾ ਇੱਥੋਂ ਰੋਜ਼ ਰੋਜ਼ ਸੇਲ ਹੁੰਦਾ ਰਹਿੰਦਾ ਮੈਂ ਕਿਸੇ ਕੁੜੀ ਨੂੰ ਤੁਹਾਨੂੰ ਕਹਿਣਾ ਜਾਂ ਮੁੰਡੇ ਨੂੰ ਕਹਿਣਾ ਉਹ ਤੁਹਾਨੂੰ ਉੱਪਰ ਜਾ ਕੇ ਕੰਬਲ ਦਿਖਾ ਦਿੰਦੇ ਆ ਕੰਬਲ ਦੇਖਣ ਤੋਂ ਪਹਿਲਾਂ ਮੈਂ ਪੁੱਛਾਂਗੀ ਤੁਹਾਡੇ ਹੱਥ ਦੇ ਵਿੱਚ ਬਹੁਤ ਪ੍ਰੀਟੀ ਸੂਟ ਫੜਿਆ ਹੋਇਆ ਹੈ ਕੀ ਇਹਦਾ ਪ੍ਰਾਈਸ ਹੈ ਮਤਲਬ ਪੈਕਿੰਗ ਕਰ ਰਹੇ ਹੋ ਕੋਈ ਗ੍ਰਾਹਕ ਲੈ ਕੇ ਜਾ ਰਿਹਾ ਹੈ ਨਹੀਂ ਇਹ ਹਲੇ ਕਾਰੀਗਰ ਦੇ ਕੇ ਚੱਲਾ ਹੀ ਆ ਜਿਹੜਾ ਆਹ ਫਰਕਾਬਾਦੀ ਸੂਟ ਆ ਇਹਦੇ ਲੋਕੀ ਦੀਵਾਨੇ ਆ ਇਸ ਟਾਈਮ ਦੀਵਾਨੇ ਇਹ ਰੀਜਨਲ ਫਰਕਾਬਾਦੀ ਸੂਟ ਆ
और रोज़ दो चार पाँच पीस एक दिन छड़ के दो चार पाँच पीस जिदा आते नाल सेल हो जाते आज का बट्टा है पूरा हैवी सारा ही हैंडवर्क आज का है सूट ये सूट का पूरा फ्रंट भी बनया गला भी बनया बाजू भी बने हुए आ सलवार से वर्क भी आ मेरे को बहुत ज़्यादा क्वानटिटी बिकता पाया स्पैशल फरकाबादी सूट यदि फोटो भी हैगी है, वीडियो भी हैगी मैं फेसबुक उपर चाढ़ी हुई आ हाँ जी ये लोग बहुत शौकीन आ फरकाबादी सूट की जो प्राइस की गल करें कि कहोगे ये प्राइस ये प्राइस कई तरह आते हैं मेरे को 1200 तो स्टार्ट हो जाता 1500 2000 5000 8000 तभी तक भी मेरे को फरकाबादी सूट मिल जाएंगे सो तुम फरकाबादी सूट तो देख लिया सो आप पहले गलबात की कंबलों बारे हम कंबल देखते हैं कि किनिया जो कंबलों दागा उपर लगिया हुई ने तुम अंदरला माहौल देख सकते हो तो मैनू भी इंज लगता है कि जिमें ट्रक भर भर के सीधा आशु की हट्टी से ही आते हो कंबलों के क्योंकि आशु भाई ने भी कहा कि इतने जोड़े कि ट्रक के ट्रक भर के आते हैं उन्होंने गल सच ही लगती है जिमें कि माहौल देख इंज लगता है कि बिल्कुल जो इतने ट्रक के ट्रक भर के आते हो तो इतों के स्टाफ मैंबर न गलबात करते कि कहना चाहोगे किमें माल जो इतों तक पहुँचता है यही तो जी सा जिदा एक या दो दिन का स्टॉक इतने पे है जोड़ा सा बाकी स्टॉक आज मेन गोदाम हों जो मेन मार्केट के उतों जिदा ट्रक भर के इतने असी रात को मंगा लेता हों तो नैक्सट डे इन अद्धे तो ज़्यादा माल सेल हो जाता एक दिन के घट्टो घट 500 1000 1500 इदा यह सेल होंगे रेंगे बिल्कुल मतलब अद्धा माल जोड़ा हो जाता सेल हो जाता मैं लगता कि मंथ के दो मंथ के सारा माल बहर जाता होगा पर तुम कह रहे हैं कि एक दो दिन के अद्धा माल चल जाता ज़्यादा सेल हो जाता अद्धा भी नहीं इतों ज़्यादा सेल हो जाता क्योंकि लोग मिलने वास्ते लेके जाते हैं क्योंकि हम तुम्हें पता विह शादियों के सीजन चलते पे आ मिलने वास्ते ले जाते कोई गिफ्ट देन हम सर्दियाँ स्टार्ट हो गई तो वो अपने घर फिर गिफ्ट देन सब लेके जाते तो भर भर के लेके जाते सूट तो धड़ाधड़ विक ही रहे हैं नीचे कंबलों की सेल भी धड़ाधड़ हो रही हाँ जी बहुत हो रही है खुल के मतलब लोग भर भर के लेके जा रहे हैं क्योंकि साढ़े प्राइस भी तुम्हें पता जिदा भाजी ने दसिया थले मतलब ये नहीं कि साढ़े बहुत हाई प्राइज़ होने तो लोग छड़ जाते हैं इदा कुछ नहीं इतने 3000 2500 वाले कंबल तुम 1000 1200 1500 तो भी घट ही मिलने जो कोई नवा भी काम मैं लगता कंबलों वगैरह का शुरू करता होगा इतों ही खरीदा होगा हाँ जी वह भी इतों ही लेके जाते हैं बस ये है कि नॉलेज पर डिपेंड आ और नॉलेज के अकॉर्डिंग अपना जिदा नवा काम शुरू कर रहे हो इतों भर भर के ले जाते हैं तो अपना अगे जाके सेल करते अपने अकॉर्डिंग भाई तुम्हें क्या कि टाइम की शॉर्टेज बहुत है तो आप कह देंगे कि जाते जाते कि दर्शकों को कहना चाहोगे कि मैसेज देना चाहो पहले तो मैं तुहाडे टीवी का सांझ टीवी का दिलों धन्यवाद करदा कि तुहाडी चैनल राही लोगों के कस्टमर के फायदे भी हो रहे हैं और असी करते भी रहेंगे बाकी हुण वैडिंग का सीजन आ जे तुसीं कितें दूरों भी आना हो विआह शादी शॉपिंग करनी होवे तुहानूं होलसेल रेट से इत्थे सारी चीज़ प्रोवाइड करांगे होलसेल रेट के उपर मैं तो यही कहना हरेक का फायदा हो सके तुसीं सारे राजी खुश रहो तंदुरुस्त रहो खुशियां मानो आशुदेटी फगवाड़े वालों सो एक सवाल सर मैं जानते जानते होर पुछांगी कि नवा काम शुरू करने वाले नाल की डील होवेगी नाले देखो जी मैं तो पहले हरेक नूं यही कहांगा मैं हुंदा नहीं मैं शुरू तो कहंदा रहा जिन्हें नवा काम करना होवे उन्हें थोड़ा बहुत तजर्बा पहला माड़ा मोटा होना जरूरी आ वो पहला बहुत महीना दो महीने चार महीने तजर्बा होवे फिर साढ़े को आके कपड़ा ले आवे और परमात्मा दिन दुगना रात चुगनी करेगा और वो अपने रेट भी साढ़े मांग कंट्रोल च रखे 4-5% 10% मार्जन ना रखे उन्होंने को लाइन नहीं टुटन गिया और बट थोड़ा जहा एक्सपीरियंस जरूर होना चाहिए उन्होंने फिर काम करने का फायदा आ बिना एक्सपीरियंस तो मैं तो कहना काम करने का नहीं फायदा ऑनलाइन का प्रोसैस दस दो और जो मैं फेसबुक पर लाइव हूँ उत्तर स्क्रीनशॉट के नंबर दिए हुए तुम जे मान लो हम आ सकते इंडिया तभी ठीक आ जे तुम नहीं आ सकते साढ़े ऑनलाइन नंबर आ उन्होंने तो कंटैक्ट करके सू स्क्रीनशॉट लैके समान मंगा सकते हैं सो आप अज पहुंचे सके आशु की हट्टी बंगा रोड फगवाड़ा जिते तुसी बहुत सारी वरायटी देखी खास करके जो वैडिंग सीजन से तुहानू दिखाए गए सूट गर्म सूट लहंगे शरारे ते फुलकारियां ते होर भी बहुत सारा समान जिवें कि रजाई ते कंबल सो आप भी चाहते हैं तुसी इत्थे आके वध तो वध फायदे लो क्योंकि तुहाडे पहला भी आशु की हट्टी ने बहुत सारे फायदे कर चुके हैं तो असी उम्मीद करते हैं कि इस बार भी तुसी जिहड़ा कि बहुत सारे बैग झोले भर भर के अपने लेके जाओगे सो जल्द तो जल्द इतने आके बहुत सारे फायदे लो सो इस मैनू सुनैना तो कैमरामैन जस्सी सैणी दी इजाजत धन्यवाद।